ਕਹਿੰਦੇ ਨੇ ਜ਼ਿੰਦਗੀ ਜਿਵੇਂ ਜਿਵੇਂ ਲੰਘਦੀ ਹੈ ਓਵੇਂ ਓਵੇਂ ਹੀ ਬਹੁਤ ਵੱਡੇ ਤੇ ਛੋਟੇ ਤਜਰਬੇ ਵੀ ਆਉਂਦੇ ਰਹਿੰਦੇ ਨੇ ਇੱਕ ਗੜੁੱਚ ਹੋਈ ਤਜਰਬਿਆਂ ਦੇ ਨਾਲ ਜ਼ਿੰਦਗੀ ਜਿਨ੍ਹਾਂ ਨੂੰ ਅੱਜ ਅਸੀਂ ਮਿਲੌਣ ਜਾ ਰਹੇ ਹਾਂ ਉਹ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਨੇ ਅਨਮੁੱਲੇ ਕਿਸੇ ਭਰੇ ਹੋਏ ਨੇ ਕਿ ਲੱਗਦਾ ਹੈ ਕਿ ਉਹਨਾਂ ਕੋਲ ਬੈਠ ਜਾਈਏ ਉਹਨਾਂ ਕੋਲ ਸੁਣੀ ਜਾਈਏ ਗੱਲਾਂ ਬਾਤਾਂ ਗੁਣਾ ਦੇ ਨਾਲ ਭਰਪੂਰ ਔਰ ਪੰਜਾਬੀ ਸਾਹਿਤ ਨਾਲ ਇੰਨਾ ਸਾਰਾ ਪਿਆਰ ਔਰ ਜਦੋਂ ਉਹਨਾਂ ਦੀ ਗੱਲਬਾਤ ਕਰਦੇ ਹਾਂ ਤੇ ਇੱਕ ਪਰਿਵਾਰ ਨੂੰ ਸੰਜੋ ਕੇ ਚੱਲਣ ਵਾਲੇ ਮੇਰੀ ਮੁਰਾਦ ਹੈ ਨਿਗਾ ਜੀਆਂ ਨੂੰ ਆਖਦੇ ਹਾਂ ਉਸ ਖਾਸ ਸ਼ਖਸੀਅਤ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਸਤਿਕਾਰਯੋਗ ਡਾਕਟਰ ਹਰੀ ਸਿੰਘ ਚਾਚਕ ਜੀ ਨਿਗਾ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੀ ਨਿਗਾ ਜੀਆਂ ਨੂੰ ਜੀ ਜੀ ਅ ਦੱਸ ਦੇਣਾ ਚਾਹੁੰਦੀ ਆ ਦਰਸ਼ਕਾਂ ਨੂੰ ਕਿ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਗੁਣਾ ਦੀ ਜਿਹੜਾ ਇੱਕ ਖਜ਼ਾਨਾ ਹੈ ਸਾਡੇ ਕੋਲ ਡਾਕਟਰ ਹਰੀ ਸਿੰਘ ਜਾਟਕ ਜੀ ਔਰ ਜਾਟਕ ਸਾਹਿਬ ਦੀ ਜਦੋਂ ਗੱਲ ਕਰਦੇ ਆ ਤੇ ਸ਼੍ਰੋਮਣੀ ਪੰਥਕ ਤੇ ਪੰਜਾਬੀ ਕਵੀ ਨੇ ਔਰ ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਨੇ ਤੇ ਚੀਫ ਕੋਲਾਬੋਰੇਟਰ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਦੇ ਨੇ ਔਰ ਕਲਾਸ 1 ਆਰਮੀ सिविलियन ऑफिसर ਨੇ ਔਰ ਡੀਪੀ ਡੀਓ ਦੀ ਪੋਸਟ ਤੋਂ ਲੁਧਿਆਣਾ ਤੋਂ ਰਿਟਾਇਰ ਹੋਏ ਨੇ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਈਆਂ ਨੇ ਔਰ ਕਹਿ ਦिए ਕਿ ਤਜਰਬਾ ਇਨਾ ਜ਼ਿਆਦਾ ਹੈ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਵਿੱਚ ਜਾਣਨ ਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਦ ਉਹ ਜਾਚਕ ਸਾਹਿਬ ਨਿੱਕੇ ਹੁੰਦੇ ਸੀ ਹਨਾ ਤੇ ਬਚਪਨ ਕਿੱਦਾਂ ਦਾ ਰਿਹਾ ਜਾਚਕ ਸਾਹਿਬ ਦਾ ਮਾਤਾ ਪਿਤਾ ਕੌਣ ਸਨ ਪਿਛੋਕੜ ਕਿੱਥੋਂ ਦਾ ਹੈ ਔਰ ਜਿਹੜੇ ਛੋਟੇ-ਛੋਟੇ ਹੱਥਾਂ ਦੇ ਨਾਲ ਲਿਖਣੀ ਸ਼ੁਰੂ ਕੀਤੀ ਉਹ ਕਿਹੜੇ ਸਕੂਲ ਤੋਂ ਸ਼ੁਰੂ ਕੀਤੀ ਬਹੁਤ ਵਧੀਆ ਸਵਾਲ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਕਿਉਂਕਿ ਸ਼ਰੋਮਣੀ ਪੰਥਕ ਕਵੀ ਤੇ ਪੰਜਾਬੀ ਕਵੀ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਗੁਜਰੀ ਜੀ ਨੂੰ ਯਾਦ ਕਰ ਰਿਆਂ ਇੱਕ ਬੰਦ ਲਈ ਉਸ ਤੋਂ ਬਾਅਦ ਆਪਾਂ ਸਾਰਾ ਵਿਚਾਰ ਸਾਂਝੇ ਕਰਦੇ ਹਾਂ ਜੀ ਕਿ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਜੀ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ ਆ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ ਆ ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ ਜਿਹੋ ਜੈ ਸੀ ਗੁਰੂ ਦਸ਼ਮੇਸ਼ ਜੀ ਤੇ ਇਹੋ ਜਈ ਨਹੀਂ ਕਿਸੇ ਤੇ ਸ਼ਾਂ ਹੋਣੀ ਗੋਬਿੰਦ ਜਿਆ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਗੋਬਿੰਦ ਜਿਆ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਤੋਂ ਜਿੱਥੋਂ ਤੱਕ ਮੇਰੇ ਪਿਛੋਕੜ ਦਾ ਸਬੰਧ ਹੈ ਮੇਰੇ ਪਿਤਾ ਸਰਦਾਰ ਮਹਿਤਾਬ ਸਿੰਘ ਜੀ ਤੇ ਮਾਤਾ ਰਾਮਕੌਰ ਜੀ ਇਹ ਪਾਕਿਸਤਾਨ ਤੋਂ ਇਧਰ ਹਿੰਦੁਸਤਾਨ ਚਾਏ ਕਾਫੀ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਅਖੀਰ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੈਟਲ ਹੋ ਗਏ ਤੇ ਦਾਸ ਦਾ ਵੀ ਉੱਥੇ ਹੀ ਜਨਮ ਹੋਇਆ 16 April 1958 ਇਸਵੀ ਨੂੰ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਤੇ ਮੈਨੂੰ ਇੱਕ ਘਟਨਾ ਯਾਦ ਆ ਰਹੀ ਮੇਰੇ ਵੱਡੇ ਭੈਣ ਜੀ ਸੁਣਾਇਆ ਕਰਦੇ ਸਨ ਜੀ ਕਿ ਜਦੋਂ ਪਾਕਿਸਤਾਨ ਤੋਂ ਹਿੰਦੁਸਤਾਨ ਮੇਰੇ ਪਿਤਾ ਜੀ ਆਏ ਹਾਂ ਤਾਂ ਉੱਥੇ ਘਰ ਦੇ ਤਾਲੇ ਖੁੱਲੇ ਛੱਡ ਕੇ ਸਾਰਾ ਸਮਾਨ ਛੱਡ ਕੇ ਜੇ ਕੋਈ ਚੀਜ਼ ਆਪਣੇ ਨਾਲ ਲਿਆਇ ਕਮਲਪ੍ਰੀਤ ਤੋਂ ਆਪਣੇ ਸਿਰ ਦੇ ਉੱਤੇ ਸੰਦੂਕ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਸਰੂਪ ਲੈ ਕੇ ਆਇਆ। ਕੀ ਬਾਤ ਹੈ। ਉਹਨਾਂ ਨੂੰ ਇੰਨਾ ਪਿਆਰ ਤੇ ਸਤਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਾਰਾ ਕੁਝ ਦੁਨੀਆਵੀ ਛੱਡ ਦਿੱਤਾ ਪਰ ਉਹਨਾਂ ਨੂੰ ਨਹੀਂ ਛੱਡ ਸਕੇ। ਉਹ ਨਾਲ ਲੈ ਕੇ ਹਿੰਦੁਸਤਾਨ ਚਾਏ ਤਾਂ ਮੈਨੂੰ ਇਸ ਗੱਲ ਤੇ ਬੜੀ ਖੁਸ਼ੀ ਹੈ। ਕਿ ਸਾਨੂੰ ਉਹਨਾਂ ਨੇ ਅੱਛੇ ਸੰਸਕਾਰ ਜਿਹੜੇ ਨੇ ਬਚਪਨ ਤੋਂ ਦਿੱਤੇ ਤੇ ਉੱਥੇ ਮੇਰਾ ਜਨਮ ਹੋਇਆ ਛੋਡੀ ਨਗਰ ਦੇ ਵਿੱਚ ਤੇ ਉੱਥੇ ਹੀ ਖੇਡਾਂ ਖੇਡਦਿਆਂ ਵੱਡਾ ਹੋਇਆ ਮੈਂ ਤੇ ਉਹਨਾਂ ਦਿਨਾਂ ਦੀ ਇੱਕ ਘਟਨਾ ਮੈਨੂੰ ਬਚਪਨ ਦੀ ਯਾਦ ਆ ਰਹੀ ਹੈ ਕਿ ਪਿਤਾ ਜੀ ਨੇ ਮੇਰੇ ਅੰਦਰ ਚੜ੍ਹਦੀ ਕਲਾ ਦੇ ਸੰਸਕਾਰ ਕਿਵੇਂ ਭਰੇ ਜੀ ਪਿਤਾ ਜੀ ਖੇਤੀ ਕਰਦੇ ਹੁੰਦੇ ਸਨ ਤੇ ਮੈਂ ਵੀ ਨਾਲ ਖੇਤੀ ਕਰਨ ਚਲੇ ਜਾਣਾ ਤੇ ਇੱਕ ਦਿਨ ਹਨੇਰੀ ਤੂਫਾਨ ਝੱਖੜ ਇੰਨਾ ਜ਼ਬਰਦਸਤ ਸੀ ਜੇ ਅੱਗੇ ਨੂੰ ਪੈਰ ਪੁੱਟਦੇ ਸੀ ਤੇ ਪਿੱਛੇ ਨੂੰ ਜਾਂਦਾ ਸੀ ਪੈਰ ਅੱਛਾ ਜੀ ਤਾਂ ਉਸ ਦਿਨ ਖੇਤਾਂ 'ਚ ਅਸੀਂ ਸ਼ਾਮ ਨੂੰ ਕੰਮ ਕਰ ਰਹੇ ਸੀ ਇੱਕਦਮ ਤੂਫਾਨ ਆਇਆ ਇੱਕਦਮ ਜਿਵੇਂ ਕਾਲੀ ਰਾਤ ਹੋ ਜਾਂਦੀ ਹੈ ਤੇ ਉੱਥੇ ਸਾਡੇ ਕੋਲ ਬੰਬੀ ਸੀ ਇੱਕ ਜਿੱਥੋਂ ਪਾਣੀ ਅੱਜਕੱਲ ਟਿਊਬਵਲ ਆਪਾਂ ਕਹਿੰਦੇ ਹਾਂਜੀ ਤਾਂ ਉਹਦੇ ਅੰਦਰ ਪਿਤਾ ਜੀ ਨੇ ਇੱਕ ਮੰਝਾ ਵਿਛਾ ਲਿਆ ਤੇ ਇੱਕ ਪਾਸੇ ਮੇਰਾ ਵੱਡਾ ਭਰਾ ਇੱਕ ਪਾਸੇ ਮੈਂ ਦੋਨੋਂ ਲੇਟ ਗਏ ਛੋਟੀ ਜੀ ਉਮਰ ਮੇਰੀ 8 ਸਾਲ ਦੀ ਉਮਰ ਤਾਂ ਉਸ ਵੇਲੇ ਰਾਤ ਨੂੰ ਜਦੋਂ ਹਨੇਰੀ ਚੱਲੀ ਤੇ ਇਕਦਮ ਸਾਡੇ ਪੈਰਾਂ ਨੂੰ ਕੋਈ ਚੀਜ਼ ਲੜਨੀ ਸ਼ੁਰੂ ਹੋ ਗਈ। ਅੱਛਾ ਜੀ। ਤੇ ਅਸੀਂ ਕਿਹਾ ਪਿਤਾ ਜੀ ਇਹ ਕੀ ਹੋ ਰਿਹਾ ਕੀ ਚੀਜ਼ ਹੈ? ਕਹਿੰਦੇ ਬੇਟਾ ਇਹ ਬਾਹਰੋਂ ਨਾ ਕੰਡਿਆਰੀ ਉੱਡ ਕੇ ਆ ਰਹੀ ਏ ਕਨਕ ਦੀ ਤੇ ਉਹ ਪੈਰਾਂ ਨੂੰ ਚੰਬੜ ਰਹੀ ਜਾਂ ਲੜ ਰਹੀ ਆ। ਅਸੀਂ ਉਹਨਾਂ ਦੀ ਗੱਲ ਸੁਣ ਰਹੇ ਸਮਝ ਰਹੇ ਸੀ। ਸਵੇਰੇ ਜਦੋਂ ਉੱਠੇ ਤੇ ਸਾਡੇ ਪੈਰ ਸੁਜੇ ਹੋਏ ਸਨ ਕਿਉਂਕਿ ਭੂੰਡਾਂ ਦੀ ਖੱਖਰ ਸੀ ਉੱਪਰ। ਉਹ ਸਾਰੇ ਭੂੰਡ ਉੱਡ-ਉੱਡ ਕੇ ਡਿਗ-ਡਿਗ ਕੇ ਹਨੇਰੀ ਨਾਲ ਸਾਨੂੰ ਲੜ ਰਹੇ ਸੀ। ਲੜ ਰਹੇ ਸੀ। ਸਾਰੀ ਰਾਤ ਅਸੀਂ ਤਰਫ ਦੇ ਰਹੇ। ਪਰ ਪਿਤਾ ਜੀ ਨੇ ਕੀਰਤਨ ਸੋਲਾ ਦਾ ਪਾਠ ਕਰਦੇ ਰਹੇ ਸਾਨੂੰ ਸਾਖੀਆਂ ਸੁਣਾਉਂਦੇ ਰਹੇ ਤੇ ਸਵੇਰੇ ਜਦੋਂ ਉੱਥੇ ਮੈਂ ਕਿਹਾ ਪਿਤਾ ਜੀ ਆ ਤੁਸੀਂ ਕਹਿੰਦੇ ਸੀ ਕੰਡਿਆਰੀ ਹੈ ਇਹ ਤਾਂ ਸਾਨੂੰ ਲੜ ਰਹੇ ਨੇ ਭੂਂਡ ਹਾਂਜੀ ਕਹਿੰਦੇ ਬੇਟਾ ਜੇ ਉਸ ਵੇਲੇ ਤੁਹਾਨੂੰ ਇਹ ਗੱਲ ਮੈਂ ਕਹਿੰਦਾ ਤੁਸੀਂ ਭੱਜ-ਭੱਜ ਕੇ ਬਾਹਰ ਜਾਣਾ ਸੀ ਤੇ ਬਾਹਰ ਜਾਣ ਲਈ ਕੋਈ ਥਾਂ ਹੈ ਨਹੀਂ ਸੀ ਇੱਥੇ ਤੇ ਤੁਸੀਂ ਰੋਣ ਲੱਗ ਪਏ ਸੀ ਦੋਨਾਂ ਨੇ ਵੀ ਅਸੀਂ ਹੁਣ ਕਿੱਧਰ ਜਾਈਏ ਕੀ ਕਰੀਏ ਤਾਂ ਮੇਰਾ ਇਹ ਕਹਿਣਾ ਸੀ ਤੇ ਹੁਣ ਜਿਹੜਾ ਅੱਗੋਂ ਤੋਂ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆਵੇ ਉਹਨੂੰ ਬੇਟੇ ਚੰਗੀ ਤਰ੍ਹਾਂ ਚੜਦੀ ਕਲਾ ਦੇ ਨਾਲ ਸਹਿਣਾ ਹੈ। ਕੀ ਬਾਤ ਹੈ। ਇਹ ਬਚਪਨ ਦੇ ਵਿੱਚ ਬੜੀ ਵੱਡੀ ਚੀਜ਼ ਮੈਨੂੰ ਮਿਲ ਗਈ ਤੇ ਉਹ ਸਾਰੀ ਉਮਰ ਜਿਹੜੀ ਮੇਰੇ ਨਾਲ ਚੱਲਦੀ ਰਹੀ। ਜੀ ਅ ਸ਼ੁਰੂਆਤ ਤੋਂ ਹੀ ਜਦੋਂ ਬਚਪਨ ਤੋਂ ਹੀ ਇਹੋ ਜੀ ਗੁੜਤੀ ਮਿਲੀ ਕਿ ਹਮੇਸ਼ਾ ਚੜਦੀ ਕਲਾ ਵਾਲਾ ਪ੍ਰਤੀਕ ਹੈ ਨਾ। ਸੋ ਜਦੋਂ ਤੁਹਾਡੀ ਜ਼ਿੰਦਗੀ 'ਚ ਝਾਤ ਮਾਰਦਿਆਂ ਹੋਰ ਅੱਗੇ ਵਧਦੇ ਹਾਂ ਕਿ ਤੁਸੀਂ ਬਹੁਤ ਬਹੁਤ ਵਕ ਵਕ ਥਾਵਾਂ ਤੇ ਜਿਹੜੀਆਂ ਹੈ ਨੌਕਰੀਆਂ ਵੀ ਕੀਤੀਆਂ। ਤੇ ਉਤੋਂ ਪਹਿਲਾਂ ਦੀ ਅਸੀਂ ਗੱਲ ਕਰੀਏ ਤੁਹਾਡੀ এডਿਕੇਸ਼ਨ ਹਾਇਰ এডਿਕੇਸ਼ਨ ਕਿੱਥੋਂ ਦੀ ਰਹੀ ਹੈ ਇਸ ਤਰ੍ਹਾਂ ਜੀ ਮੈਂ ਪਿੰਡ ਛੋਟੀ ਨਗਰ ਵਿਖੇ ਬਚਪਨ ਤੋਂ ਪੜ੍ਹਾਈ ਕੀਤੀ ਦਸਵੀਂ ਤੱਕ ਪੜ੍ਹਾਈ ਕੀਤੀ ਤਾਂ ਉਸ ਪੜ੍ਹਾਈ ਦਰਮਿਆਨ ਜਿਹੜਾ ਜਦੋਂ ਹਰ ਸਨਿਚਰਵਾਰ ਬਾਲ ਸਭਾ ਲਗਿਆ ਕਰਦੀ ਸੀ ਸਕੂਲ ਤੇ ਉਹਨਾਂ ਦੇ ਚ ਮੈਂ ਛੋਟੀਆਂ ਛੋਟੀਆਂ ਕਵਤਾਵਾਂ ਦੂਸਰੇ ਕਵੀਆਂ ਦੀਆਂ ਸੁਨਾੰਦਾ ਹੁੰਦਾ ਸੀ ਤੇ ਮੈਨੂੰ ਸ਼ਾਬਾਸ਼ ਮਿਲਦੀ ਸੀ ਮੇਰੇ ਜਿਹੜੇ ਸਾਥੀ ਸਨ ਤੇ ਨਾਲ ਅਧਿਆਪਕ ਸਹਿਬਾਨ ਸਨ ਤਾਂ ਮੇਰਾ ਹੌਸਲਾ ਇਸ ਪੱਖ ਤੇ ਇਸ ਲਾਈਨ ਤੇ ਉਦੋਂ ਤੋਂ ਹੀ ਵੱਧ ਗਿਆ ਕਵਤਾ ਜਿਹੜੀ ਮੈਂ ਬੋਲਣ ਦੇ ਵਿੱਚ ਲੱਗ ਗਿਆ ਜੀ ਇਸ ਤਰ੍ਹਾਂ ਉੱਥੋਂ 10ਵੀਂ ਕੀਤੀ ਉਸ ਤੋਂ ਬਾਅਦ ਮੈਂ ਆਰਐਸਡੀ ਕਾਲਜ ਫਿਰੋਜ਼ਪੁਰ ਤੋਂ ਬੀਏ ਕੀਤੀ ਜੀ ਉਸ ਦੌਰਾਨ ਵੀ ਮੈਂ ਉੱਥੇ ਕਾਲਜ ਦੇ ਵਿੱਚ ਯੂਥ ਸਰਵਿਸ ਕਲੱਬ ਦਾ ਪ੍ਰੈਜ਼ੀਡੈਂਸੀ ਜੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਹੜੀ ਸੰਸਥਾ ਹੈ ਉਸ ਦਾ ਮੈਂ ਉੱਥੋਂ ਦਾ ਪ੍ਰਧਾਨ ਸੀ ਤੇ ਉੱਥੋਂ ਬੀਏ ਕੀਤੀ ਉਸ ਤੋਂ ਬਾਅਦ ਫਿਰ ਐਮਏ ਇੰਗਲਿਸ਼ ਗਵਰਨਮੈਂਟ ਕਾਲਜ ਲੁਧਿਆਣੇ ਤੋਂ ਕੀਤੀ ਤੇ ਬਹੁਤ ਵਧੀਆ ਐਜੂਕੇਸ਼ਨ ਦਾ ਸਫਰ ਰਿਹਾ ਉਸ ਤੋਂ ਬਾਅਦ ਮੈਂ ਸਰਵਸ ਤੇ ਲੱਗ ਗਿਆ ਤੇ ਅਗਲੀ ਗੱਲ ਮੈਂ ਬਾਅਦ ਚ ਦੱਸਾਂਗਾ ਕਿ ਮੈਂ ਐਮਏ ਧਰਮਿਆਦਨ ਕਿਵੇਂ ਕੀਤੀ ਤੇ ਪੀਐਚਡੀ ਕਿਵੇਂ ਕੀਤੀ ਮਡਲੀ ਸਿੱਖਿਆ ਦੀ ਗੱਲ ਕੀਤੀ ਤੁਸੀਂ ਔਰ ਅਸੀਂ ਆਉਨੇ ਆਪਣੀ ਗੱਲ ਤੇ ਕਿ ਇੱਕ ਨਾ ਉਮਰਾਂ ਦੇ ਹਿਸਾਬ ਦੇ ਨਾਲ ਬੰਦਾ ਜਦੋਂ ਆਪਣੇ ਘਰਾਂ ਤੋਂ ਸਫਰਾਂ ਤੱਕ ਚੱਲਦਾ ਹੈ ਤਾਂ ਕਹਿੰਦੇ ਨੇ ਕਿ ਮਨ ਦੇ ਵਿੱਚ ਇੱਛਾ ਹੋਵੇ ਰਾ ਆਪਣੇ ਆਪ ਹੀ ਬਣਦੇ ਜਾਂਦੇ ਨੇ। ਬਿਲਕੁਲ ਬਿਲਕੁਲ। ਕੀ ਉਸ ਸਮੇਂ ਕੋਈ ਔਕੜਾਂ ਆਈਆਂ ਜਾਂ ਪਰੇਸ਼ਾਨੀਆਂ ਆਈਆਂ ਘਰ ਪਰਿਵਾਰ ਤੋਂ ਮਾਹੌਲ ਕਿਦਾਂ ਦਾ ਸੀ? ਤੁਹਾਨੂੰ ਹਮੇਸ਼ਾ ਹੀ ਉਹਨਾਂ ਨੇ ਮੋਟੀਵੇਟ ਕੀਤਾ ਔਰ ਤੁਸੀਂ ਤੁਹਾਡਾ ਆਰਮੀ ਦੇ ਵਿੱਚ ਆਉਣਾ ਇੱਕ ਸਬਬ ਸੀ। ਕਿਵੇਂ ਦਾ ਉਹ ਸਾਰਾ ਐਕਸਪੀਰੀਅੰਸ ਏ ਉਹ ਦੱਸੋ ਸਾਡੇ ਦਰਸ਼ਕਾਂ ਨੂੰ। ਇਸ ਤਰ੍ਹਾਂ ਕਿ ਜਿਵੇਂ ਮੈਂ ਐਮ ਇੰਗਲਿਸ਼ ਕੀਤੀ ਗਮਲਪ੍ਰੀਤ ਉਸ ਤੋਂ ਬਾਅਦ ਹਰ ਬੰਦਾ ਚਾਹੁੰਦਾ ਹੈ ਕਿ ਕਿਤੇ ਨਾ ਕਿਤੇ ਮੈਂ ਸਰਵਸ ਲੱਗਾ ਕੋਈ ਮਿਹਨਤ ਕਰਾਂ ਕੋਈ ਅੱਛਾ ਜੌਬ ਮਿਲ ਜਾਏ ਜੀ ਤੇ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਵੀ ਕਿਤੇ ਪ੍ਰੋਫੈਸਰ ਲੱਗ ਜਾਵਾਂ ਜਾਂ ਹੋਰ ਕਿਤੇ ਇਸ ਤਰੀਕੇ ਨਾਲ ਚਲਦੇ ਆ ਚਲਦੇ ਆ ਤੇ ਗਵਰਨਮੈਂਟ ਆਫ ਇੰਡੀਆ ਦਾ ਇੱਕ ਡਿਪਾਰਟਮੈਂਟ ਹੈ ਸਟਾਫ ਸਿਲੈਕਸ਼ਨ ਬੋਰਡ ਜੀ ਉਹਦੇ ਐਗਜ਼ਾਮ ਦਿੱਤੇ ਆਡਿਟਰ ਦੇ ਹਮ ਤੇ ਉਹ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਮੈਂ ਉਹਦੇ ਚ ਸਿਲੈਕਸ਼ਨ ਮੇਰੀ ਹੋ ਗਈ ਜੀ ਤੇ ਫਿਰ ਮੇਰੀ ਚੰਡੀਗੜ੍ਹ ਦੇ ਵਿੱਚ ਸੀਆਈਏ ਵੈਸਟਰਨ ਕਮਾਂਡ ਦੇ ਵਿੱਚ ਉਹ ਸਰਵਸ ਲੱਗ ਗਈ ਜੀ 9 ਸੈਕਟਰ ਚੰਡੀਗੜ੍ਹ ਤੇ ਉੱਥੇ ਸਰਵਿਸ ਕਰਨੀ ਸ਼ੁਰੂ ਕਰ ਦਿੱਤੀ। ਜਾਟਿਕ ਸਾਹਿਬ ਤੁਸੀਂ ਮੁਢਲੀ ਵਿੱਦਿਆ ਦੀ ਗੱਲ ਕੀਤੀ ਕਿ ਪਿੰਡ ਤੋਂ ਹੀ ਕੀਤੀ ਆ ਔਰ ਜਦੋਂ ਬੰਦਾ ਅੱਗੇ ਵੱਧਦਾ ਹੈ ਆਪਣੇ ਮਨ ਦੇ ਵਿੱਚ ਬੜੇ ਹੌਂਸਲੇ ਲੈ ਕੇ ਚੱਲਦਾ ਹੈ ਔਰ ਬਹੁਤ ਸਾਰੇ ਸੁਪਨੇ ਵੀ ਹੁੰਦੇ ਨੇ ਇੱਕ ਜਵਾਨ ਇਨਸਾਨ ਦੇ ਨਾ ਤੇ ਉਹ ਕਹਿੰਦੇ ਨੇ ਕਿ ਜਦੋਂ ਇੱਛਾਵਾਂ ਸਾਡੀਆਂ ਮਨ ਦੇ ਵਿੱਚ ਐ ਚੰਗੇ ਸਾਡੇ ਇਰਾਦੇ ਨੇ ਤਾਂ ਰਾਹ ਵੀ ਆਪਣੇ ਆਪ ਹੀ ਬਣਦੇ ਜਾਂਦੇ ਨੇ। ਬਿਲਕੁਲ ਜੀ ਬਿਲਕੁਲ। ਅਗਲਾ ਰਾਹ ਆਇਆ ਤੁਸੀਂ ਹਾਇਰ ਐਜੂਕੇਸ਼ਨ ਵੱਲ ਗਏ ਹੈ ਨਾ ਤੁਸੀਂ ਮਾਸਟਰ ਕੀਤੀ ਮਾਸਟਰ ਤੋਂ ਬਾਅਦ ਤੁਸੀਂ ਜੌਬ ਦੀ ਭਾਲ ਦੇ ਵਿੱਚ ਵੀ ਹੋਵੋਗੇ ਤੇ ਤੁਹਾਡੀ ਜਿਹੜੀ ਆਰਮੀ ਦੇ ਵਿੱਚ ਸਿਲੈਕਸ਼ਨ ਹੋਣੀ ਉਹ ਕਿਵੇਂ ਦਾ ਸੀ ਤੁਹਾਡਾ ਤਜਰਬਾ ਇਸ ਤਰ੍ਹਾਂ ਸੀ ਕਮਲਪ੍ਰੀਤ ਕੇ ਕਾਫੀ ਮਿਹਨਤ ਕੀਤੀ ਜਦੋਂ ਜੈਦ ਕੀਤੀ ਰੋਜ਼ ਅਖਬਾਰ ਪੜ੍ਹਨੇ ਕਿ ਨੌਕਰੀ ਕੋਈ ਮਿਲ ਜਾਏ ਕੋਈ ਪ੍ਰੋਫੈਸਰੀ ਮਿਲ ਜਾਏ ਤੋਂ ਉਹ ਕਰਦਿਆਂ ਕਰਦਿਆਂ ਸਟਾਫ ਸਿਲੈਕਸ਼ਨ ਕਮਿਸ਼ਨ ਹੈ ਸਾਡਾ ਦਿੱਲੀ ਗਵਰਨਮੈਂਟ ਆਫ ਇੰਡੀਆ ਦਾ ਉਹਨਦੇ ਮੇ ਪੇਪਰ ਭਰੇ ਸੀ ਤੇ ਮੈਂ ਉਹਨਦੇ ਚੋਂ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਸੀਡੀਏ ਵੈਸਟਰਨ ਕਮਾਂਡ ਚੰਡੀਗੜ੍ਹ ਚ ਮੇਰੀ ਆਡੀਟਰ ਵਜੋਂ ਸਰਵਿਸ ਲੱਗੇ ਜੀ ਫਿਰ ਇਹ ਸਫਰ ਮੇਰਾ ਨਿਰੰਤਰ ਅੱਗੇ ਵੱਧਾ ਗਿਆ ਤੇ ਉਸ ਸਫਰ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਘਟਨਾ ਦੁਰਘਟਨਾ ਇਹਨੂੰ ਆਪਾਂ ਜੋ ਮਰਜ਼ੀ ਕਹਿ ਲਈਏ ਜੀ ਕਿ ਦਸੰਬਰ 1988 ਦੀ ਇਹ ਗੱਲ ਹੈ ਮੈਂ ਆਫਿਸ ਦੇ ਵਿੱਚ ਆਫਸਰ ਦੇ ਪੇਪਰ ਦੇ ਰਿਹਾ ਸੀ ਅਛਾ ਦੇ ਪੇਪਰ ਦੇ ਕੇ ਮੇਰੇ ਕੋਲ TVS ਮੋਪੇਡ ਹੁੰਦੀ ਸੀ ਉਹਨਾਂ ਦੇ ਨਾਲ ਸਿੱਤੇ ਮੁਹਾਲੀ ਘਰ ਸੀਗਾ ਚੰਡੀਗੜ੍ਹ ਤੋਂ ਮੈਂ ਆ ਰਿਹਾ ਸੀ ਸਰਦੀ ਦਾ ਸਮਾਂ ਸੀ ਉੱਤੇ ਲੋਈ ਲਈ ਹੋਈ ਸੀ ਤੇ ਉਹ ਲੋਈ ਜਿਹੜੀ TVS ਦੀ ਚੇਨ ਦੇ ਵਿੱਚ ਫਸ ਗਈ ਤੇ ਇੱਕਦਮ ਰੋਡ ਦੇ ਉੱਤੇ ਮੈਂ ਗਿਰ ਗਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਕਿਵੇਂ ਹੋਇਆ ਮੈਨੂੰ ਉੱਥੇ ਸੈਕਟਰ 16 ਚੰਡੀਗੜ੍ਹ ਜਨਰਲ ਹਸਪਤਾਲ ਭਰਤੀ ਕਰਾਤਾ ਬੱਚਿਆਂ ਨੂੰ ਦੱਸਤਾ ਮੇਰੀ ਵਾਈਫ ਦਲਬੀਰ ਕੌਰ ਨੂੰ ਦੱਸਤਾ ਅੱਛਾ ਜੀ ਸਾਰੇ ਉੱਥੇ ਕਿ 24 ਘੰਟੇ ਜਿਹੜਾ ਮੈਨੂੰ ਸੁਰਤ ਨਹੀਂ ਆਈ ਹੂੰ ਤੇ ਅਖੀਰ ਖੂਨ ਦੀ ਉਲਟੀ ਆਈ ਤੋ ਡਾਕਟਰ ਜਿਹੜਾ ਹੈ ਨਾ ਉਹ ਤਾਂ ਕਹਿਣ ਲੱਪਿਆ ਵੀ ਹੁਣੇ ਠੀਕ ਐ ਘਰ ਵਾਲੇ ਸਾਰੇ ਖਿਭਰਾ ਗਏ ਹੂੰ ਹੂੰ ਖੂਨ ਦੀ ਉਲਟੀ ਆਉਣ ਤੋਂ ਬਾਅਦ ਮੈਨੂੰ ਹੋਸ਼ ਆ ਗਏ ਜੀ ਤੇ ਮੈਂ ਉੱਥੇ ਕਹਿਣ ਲੱਪਿਆ ਵੀ ਮੈਂ ਕਿੱਥੇ ਆਇਆ ਇਸ ਵੇਲੇ ਮੈਂ ਤਾਂ ਪੇਪਰ ਦੇ ਰਿਹਾ ਸੀ ਜੀ ਅਫਸਰ ਦੇ ਪੇਪਰ ਉਹ ਕਹਿੰਦੇ ਵੀ ਤੁਸੀਂ ਇਸ ਤਰੀਕੇ ਨਾਲ ਐਕਸੀਡੈਂਟ ਹੋ ਗਿਆ ਤੇ ਤੁਸੀਂ ਐਸ ਲਈ ਹਸਪੀਟਲ ਚੋਂ ਖੈਰ ਹੌਲੀ ਹੌਲੀ ਸੁਰਤ ਆਈ ਜੀ ਜਦੋਂ ਹੀ ਮਾੜੀ ਦੀ ਸੁਰਤ ਆਈ ਕਿਉਂਕਿ ਦੋਕ ਦਿਨ ਦਾ ਵਿੱਚ ਟਾਈਮ ਸੀਗਾ ਫਰਾਈਡੇ ਪੇਪਰ ਸੀ ਸੈਚਰਡੇ ਸੰਡੇ ਵਿੱਚ ਆ ਗਿਆ ਮੰਡੇ ਨੂੰ ਮੇਰਾ ਫਿਰ ਪੇਪਰ ਸੀ ਤੀਸਰਾ ਜੀ ਤੋਂ ਮੈਂ ਆਪਣੇ ਅਫਸਰ ਨੂੰ ਚਿੱਠੀ ਲਿਖੀ ਮੇਰੀਆਂ ਹੱਡੀਆਂ ਸਾਰੀਆਂ ਟੁੱਟੀਆਂ ਸਭ ਕੁਝ ਇੱਕਦਮ ਪੱਟੀਆਂ ਵੱਜੀਆਂ ਹੋਈਆਂ ਹੱਥ ਵੀ ਮੇਰਾ ਬੜਾ ਮੁਸ਼ਕਲ ਸੀਗਾ ਤੇ ਕੁਦਰਤ ਵੱਲੋਂ ਉਹਨਾਂ ਤੀਸਰਾ ਪੇਪਰ ਸਾਡੇ ਨਾਲ ਇੱਕ ਵਿਦ ਬੁੱਕਸ ਹੁੰਦੇ ਆ ਇੱਕ ਵਿਦਾਊਟ ਬੁਕਸ ਹੁੰਦੇ ਆ ਜੀ ਤੋਂ ਉਸ ਦਿਨ ਸਾਡਾ ਜਿਹੜਾ ਪੇਪਰ ਸੀਗਾ ਉਹ ਵਿਦ ਬੁਕਸ ਸੀ ਜੀ ਤੋਂ ਵਿਦ ਬੁਕਸ ਜਿਵੇਂ ਇਸ ਤਰ੍ਹਾਂ ਕਿਤਾਬਾਂ ਪਈਆਂ ਹੁੰਦੀਆਂ ਨੇ ਅਸੀਂ ਅਥਾਰਟੀ ਦੱਸਣੀ ਹੁੰਦੀ ਵੀ ਕਿਹੜੇ ਪੰਨੇ ਤੇ ਕੀ ਚੀਜ਼ ਲਿਖੀ ਹੈ ਜਾਂ ਰੂਲ ਪੋਜੀਸ਼ਨ ਕੀ ਹੈ ਆਹ ਸਮੱਸਿਆ ਤੁਹਾਨੂੰ ਆਈ ਹੈ ਹੱਲ ਕਿਵੇਂ ਕਰੋਗੇ ਜੀ ਜਦੋਂ ਉਹ ਸਾਹਮਣੇ ਆਈ ਗੱਲ ਤੇ ਮੈਂ ਉਹਨਾਂ ਨੂੰ ਚਿੱਠੀ ਲਿਖੀ ਅਫਸਰ ਨੂੰ ਕਿ ਮੈਂ ਪੇਪਰ ਦੇਣਾ ਹੈ ਜੀ ਉਹ ਡਾਕਟਰ ਕਹਿੰਨ ਤੁਹਾਨੂੰ ਛੁੱਟੀ ਨਹੀਂ ਮਿਲ ਸਕਦੀ ਤੇ ਮੈਂ ਕਹਿੰਦੀ ਜੀ ਮੈਂ ਤਾਂ ਜਾਣਾ ਉਹਨਾਂ ਨੇ ਗੱਡੀ ਭੇਜ ਦਿੱਤੀ ਤੇ ਉਹ ਗੱਡੀ 'ਚ ਮੈਂ ਪੇਪਰ ਦੇਣ ਗਿਆ ਤੇ ਮੈਨੂੰ ਪੀਐਮ ਦੇਤਾ ਉਹਨਾਂ ਨੇ ਇੱਕ ਵੀ ਇਹ ਕਿਤਾਬਾਂ ਦਾ ਤੁਸੀਂ ਬੋਲੋਗੇ ਤੇ ਪੇਜ ਨੰਬਰ ਤੁਹਾਡਾ ਕੱਢ ਦੇਗਾ ਬਸ ਉਹ ਨਾਲ ਬੈਠ ਗਿਆ ਤੇ ਮੈਂ ਇੱਕ ਹੱਥ ਜਿਹੜਾ ਚੱਲਦਾ ਸੀ ਆ ਬੱਜਾ ਸੀ ਮੇਰਾ ਇੰਜ ਜੀ ਇੰਜ ਲਿਖਦਾ ਰਿਹਾ ਸਾਰਾ ਪੇਪਰ ਦੇਤਾ ਤੇ ਉਸ ਦਿਨ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਕਮਲਪ੍ਰੀਤ ਹੋਈ ਕਿ ਮੈਂ ਸਾਰੇ ਇੰਡੀਆ 'ਚੋਂ ਪਹਿਲੇ ਨੰਬਰ ਤੇ ਆਇਆ ਉਹ ਵਾਓ ਕੀ ਬਾਤ ਹੈ ਕੀ ਬਾਤ ਹੈ ਉਸ ਦਿਨ ਜਿਹੜਾ ਸੀਗਾ ਕਿਉਂਕਿ ਇੰਨਾ ਜ਼ਿਆਦਾ ਐਕਸੀਡੈਂਟ ਤੋਂ ਬਾਅਦ ਔਰ ਉਸ ਤੋਂ 2 ਮਹੀਨੇ ਬਾਅਦ ਫਿਰ ਮੈਂ ਮੰਜੇ ਤੇ ਪਿਆ ਰਿਹਾ। ਅੱਛਾ ਤੇ ਉਹ ਜਿਹੜਾ ਸੀ ਮੇਰਾ ਅਫਸਰੀ ਦਾ ਪੇਪਰ ਕਲੀਅਰ ਹੋ ਗਿਆ ਉਸ ਦਿਨ ਤੇ ਇਹ ਬੜੀ ਵੱਡੀ ਚੀਜ਼ ਸੀ। ਬਹੁਤ ਵੱਡੀ ਚੀਜ਼ ਸੀ। ਬਹੁਤ ਅਫਸਰ ਰੈਂਕ ਦੇ ਵਿੱਚ ਫਿਰ ਮੈਂ ਚੰਡੀਗੜ੍ਹ ਸਰਵਿਸ ਕੀਤੀ। ਫਿਰ ਮੈਂ ਜੋਚੀਮਰ ਚਲੇ ਗਿਆ। अच्छा जोशी जी जोशीमठ ਜਦੋਂ ਗਿਆ ਤੇ ਮੇਰੇ ਮਨ ਚ ਰੀਜ ਆਈ ਕਿ ਇੱਥੇ 6 ਮਹੀਨੇ ਤੱਕ ਤਾਂ ਕੋਈ ਆਂਦਾ ਨਹੀਂ ਬਰਫ਼ ਰਹਿੰਦੀ ਹੈ ਹਾਂਜੀ ਤਾਂ ਮੈਂ ਉੱਥੇ ਸੋਚਿਆ ਕਿਉਂ ਨਾ ਮੈਂ ਐਮਏ ਧਰਮਾਦਨ ਕਰ ਲਵਾਂ اچھا ਤੋ ਕੋਰਸਪੋਂਡੈਂਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੀ ਮੇਰੇ ਮਨ ਸੀ ਤਾਂ ਸਾਰੇ ਧਰਮਾਂ ਦਾ ਮੈਂ ਅਧਿਐਨ ਕਰਾਂ اچھا ਜੀ ਤੋ ਮੈਂ ਫਾਰਮ ਭਰ ਦਿੱਤੇ ਹਾਂ ਐਮਏ ਧਰਮਾਦਨ ਸ਼ੁਰੂ ਕਰ ਦਿੱਤੀ اچھا ਜੀ 2 ਸਾਲਾਂ ਦੀ ਸੀ ਕਮਲਪ੍ਰੀਤ ਜਦੋਂ ਦੂਜੇ ਸਾਲ ਰਿਜ਼ਲਟ ਆਂਦਾ ਹੈ ਤੇ ਮੈਂ ਯੂਨੀਵਰਸਿਟੀ ਚੋਂ ਟਾਪਰ ਕਿਆ ਬਾਤ ਹੈ ਜਿੰਨੇ ਰੈਗੂਲਰ ਸੀ ਜਿੰਨੇ ਦੂਸਰੇ ਕੋਰਸਪੋਂਡੈਂਸ ਵਾਲੇ ਸੀ ਸਾਰਿਆਂ ਤੋਂ ਟੋਪਰ ਤੇ ਮੈਨੂੰ ਫਿਰ 골ਡ ਮੈਡਲ ਮਿਲਿਆ ਐਮਏ ਧਰਮੇਦਨ ਕੀਤੀ ਤੇ ਬੜੀ ਮਨ ਨੂੰ ਖੁਸ਼ੀ ਹੋਈ ਉਸ ਦਿਨ ਵੀ ਜਦੋਂ ਐਮਏ ਧਰਮੇਦਨ ਕਰ ਲਈ ਤੇ ਮੈਂ ਆਪਣੇ ਪ੍ਰੋਫੈਸਰ ਇੰਚਾਰਜ ਸਾਡੇ ਨਾਲ ਡਾਕਟਰ ਹਰਪਾਲ ਸਿੰਘ ਪੰਨੂ ਬਹੁਤ ਵੱਡੇ ਵਿਦਵਾਨ ਨੇ ਉਹ ਮੇਰੇ ਇਨਸਟ੍ਰਕਟਰ ਸਨ ਗਾਈਡ ਸਨ ਠੀਕ ਹੈ ਤਾਂ ਉਹਨਾਂ ਨੂੰ ਮੈਂ ਕਿਹਾ ਉਹ ਕਹਿੰਦੇ ਤੁਸੀਂ ਪੀ ਐਚ ਡੀ ਕਰ ਲਓ ਮੈਂ ਕਿਹਾ ਜੀ ਮੈਂ ਕਿਹੜਾ ਪ੍ਰੋਫੈਸਰਾਂ ਜੋ ਕੁਝ ਮੇਰਾ ਇਧਰ ਨੂੰ ਨਹੀਂ ਹੈ ਆਰਮੀ ਚ ਹੈਗਾ ਕਹਿੰਦੇ ਨਹੀਂ ਪੀ ਐਚ ਡੀ ਕਰ ਲਓ ਤੇ ਤੁਹਾਨੂੰ ਸਬਜੈਕਟ ਵੀ ਮੈਂ ਦਿੰਨਾ ਜੀ ਮੈਂ ਕਿਹਾ ਜੀ ਹੁਕਮ ਕਰੋ ਕਹਿੰਦੇ ਤੁਸੀਂ ਭਾਈ ਸੰਤੋਖ ਸਿੰਘ ਜੀ ਦੇ ਰਚੇ ਹੋਏ ਸੂਰਜ ਪ੍ਰਕਾਸ਼ ਗ੍ਰੰਥ ਅੱਛਾ ਜੀ ਇਹਦੇ ਆਲੋਚਨਾਤਮਕ ਅਧਿਐਨ ਕਰੋ ਇਹਦੇ ਬਾਰੇ ਸਟੱਡੀ ਕਰੋ ਸਾਰੀ ਤੇ ਇਹ ਪੀ ਐਚ ਡੀ ਕਰੋ ਓਕੇ ਖੈਰ ਉਹਨਾਂ ਦੀ ਗਾਈਡੈਂਸ ਦੇ ਅੰਦਰ ਮੈਂ 3-4 ਸਾਲ ਉਧਰੋਂ ਜੋਸ਼ੀਮਠ ਸਰਵਿਸ ਉੱਥੇ ਬੈਠ ਕੇ ਹੀ ਫਿਰ ਮੈਂ ਪੀ ਐਚ ਡੀ ਵੀ ਕਰ ਲਈ ਤੇ ਪੀ ਐਚ ਡੀ ਤੋਂ ਬਾਅਦ ਜੋ ਹੈ ਨਾ ਫਿਰ ਇੱਕ ਸੰਸਥਾ ਸੀਗੀ ਰੋਲ ਆਫ ਆਨਰ ਦੇਣ ਵਾਲੀ ਹਾਂ ਉਹਨਾਂ ਨੂੰ ਯੂਨੀਵਰਸਿਟੀ ਨੇ ਲਿਖ ਕੇ ਦਿੱਤਾ ਕਿ ਹਰੀ ਸਿੰਘ ਜਾਂਚਕ ਦਾ ਜਿਹੜਾ ਹੈ ਥੀਸਿਸ ਹੈ ਸਭ ਤੋਂ ਵਧੀਆ ਥੀਸਿਸ ਹੈ। ਕੀ ਬਾਤ ਹੈ। ਤੋਂ ਬੜਾ ਮਾਣ ਮਿਲਿਆ ਨਾਲ ਉਹਨਾਂ ਨੇ ਮਾਇਆ ਦਿੱਤੀ ਨਾਲ ਮਾਣ ਸਨਮਾਨ ਦਿੱਤਾ। ਤੋਂ ਵਿਦੇਕ ਤੌਰ ਤੇ ਪ੍ਰਾਪਤੀਆਂ ਨਾਲ ਚਲੇ ਆ। ਉਸ ਤੋਂ ਬਾਅਦ ਫਿਰ ਜਿਹੜਾ ਮੈਂ ਜੋਸ਼ੀਮਰ ਤੋਂ ਬਾਅਦ ਫਿਰ ਚੰਡੀਗੜ੍ਹ ਵਾਪਸ ਆ ਗਿਆ। ਫਿਰ ਮੇਰੀ ਬਠਿੰਡੇ ਸਰਵਿਸ ਹੋ ਗਈ। ਜੀ। ਬਠਿੰਡੇ ਤੋਂ ਬਾਅਦ ਲਾਸਟ ਲੈਗ ਆਫ ਸਰਵਿਸ ਜਿਹੜੀ ਸੀ ਮੇਰੀ ਉਹ ਲੁਧਿਆਣੇ ਦਾ ਡੀਪੀਡੀਓ ਸੀਗਾ। ਅੱਛਾ ਜੀ। ਤੇ ਕਮਲਪ੍ਰੀਤ ਮੇਰੇ ਕੋਲ 11000 ਆਰਮੀ ਦੇ ਪੈਨਸ਼ਨਰ ਸੀ। ਵਾਓ। ਤੋਂ ਇੰਨਾ ਜ਼ਿਆਦਾ ਸੇਵਾ ਕਰਨ ਦਾ ਮਨ ਸੀਗਾ ਤੇ ਤੁਹਾਨੂੰ ਪਤਾ ਕਿ ਅੱਜਕੱਲ ਦਫ਼ਤਰਾਂ ਦੇ ਵਿੱਚ ਨਾ ਬਹੁਤ ਪਰੇਸ਼ਾਨੀਆਂ ਨੇ। ਚਾਰ ਪੈਸੇ ਕੋਈ ਦਿੰਦਾ ਤਾਂ ਕੰਮ ਹੁੰਦਾ। ਬਿਲਕੁਲ ਸਹੀ ਹੈ। ਤਾਂ ਮੈਨੂੰ ਪਤਾ ਲੱਗਿਆ ਵੀ ਇਸ ਤਰੀਕੇ ਦਾ ਹੈ ਦਫ਼ਤਰ 'ਚ ਤੇ ਮੈਂ ਸਾਰੇ ਸਟਾਫ ਨੂੰ ਬੁਲਾ ਲਿਆ। ਹਮ ਮੈਂ ਕਿਹਾ ਇੱਕ ਗੱਲ ਸੁਣ ਲਓ। ਤੁਸੀਂ ਮੇਰੇ ਤੋਂ ਫਰਲੋ ਲੈ ਲਓ। ਹਮ ਛੁੱਟੀ ਲੈ ਲਓ। ਹਮ ਮੈਂ ਬੈਠਾ ਤੁਹਾਡਾ ਵੈਲਫੇਅਰ ਅਫਸਰ। ਹਮ ਪਰ ਕਿਸੇ ਤੋਂ ਵੀ 1 ਰੁਪਿਆ ਮੇਰੇ ਹੁੰਦਿਆਂ ਲੈ ਲਿਆ ਨਾ ਤੇ ਮੈਂ ਬਹੁਤ ਗੰਦਾ ਅਫਸਰ ਹਾਂ ਫਿਰ। ਮੈਂ ਨਾ ਨਾ ਕਮਲਪ੍ਰੀਤ ਇੱਕ ਕਵਤਾ ਦੇ ਵਿੱਚ ਗੱਲ ਕੀਤੀ ਕਿਉਂਕਿ ਸਾਡੇ ਸੈਂਟਰਲ ਡਿਪਾਰਟਮੈਂਟ ਦੇ ਵਿੱਚ ਹਿੰਦੀ ਤੇ ਅੰਗਰੇਜ਼ੀ ਚੱਲਦੀ ਆ ਪੰਜਾਬੀ ਨਹੀਂ ਚੱਲਦੀ ਬਿਲਕੁਲ ਬਿਲਕੁਲ ਹਾਂਜੀ ਤਾਂ ਮੈਂ ਹਿੰਦੀ ਚ ਥੋੜੀ ਜੀ ਗੱਲ ਕੀਤੀ ਉਹਨਾਂ ਨੂੰ ਹਮ ਕਿ ਮੈਂ ਕਹਾਂ ਡੀਪੀ ਡੂ ਹੈ ਇਸਕਾ ਨਾਮ ਹਮ ਕਰਤੇ ਹੈ ਹਮ ਜਿਸਮੇ ਕਾਮ ਯਾਦ ਰੱਖੇ ਜੇ ਹਮ ਔਰ ਆਪ ਕਿਸੇ ਸੇ ਲੈਣਾ ਹੈ ਮਹਾਪਾਪ ਹਮ ਇਹ ਤੋਂ ਸਭ ਸੇ ਬੜਾ ਸ਼ਰਾਪ बाद में करोगे पश्चाताप पेंशनर का जो पैसा खाए वह तो कुंभी नरक में जाए क्या हुआ ऐसा है? जो भी करेगा काम उसकी करूंगा नींद हराम <laughs> बुजुर्गों की हम है? कर रहे सेवा इस सेवा का मिल रहा मेवा लखों रुपये तनख्वाह में क्या गवर्नमेंट इससे काम दे दे रही बिल्कुल बिल्कुल बुजुर्गों की हम कर रहे सेवा इस सेवा का मिल रहा मेवा देश के लिए जो हुए कुर्बान ਫੈਮਲੀਆਂ ਦਾ ਰੱਖ ਰਿਹਾ ਧਿਆਨ ਤੇ ਇੱਕ ਗੱਲ ਮੈਂ ਆਰਮੀ ਦੀਆਂ ਸਟੇਜਾਂ ਤੇ ਕਮਲਪ੍ਰੀਤ ਬੜੀ ਚੜ੍ਹਦੀ ਕਲਾ ਨਾਲ ਕਹਿੰਦਾ ਸੀ ਜੀ ਕਿ ਪੈਨਸ਼ਨਰ ਕਾ ਜਦੀ ਰੁਕੇ ਕੋਈ ਕਾਮ ਐਨੀ ਟਾਈਪ ਆਫ ਵਰਕ ਪੈਨਸ਼ਨਰ ਕਾ ਜਦੀ ਰੁਕੇ ਕੋਈ ਕਾਮ ਯਾਦ ਰੱਖਣਾ ਮੇਰਾ ਨਾਮ ਹਰੀ ਸਿੰਘ ਡੀਪੀਡੀਓ ਲੁਧਿਆਣਾ ਸਿੱਧਾ ਮੇਰੇ ਪਾਸ ਯਾਨ ਹਾਂ ਕੀ ਬਾਤ ਤੋ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਰਵਿਸ ਤੇ ਫਿਰ ਪੈਨਸ਼ਨ ਜਿਹੜੀ ਹੈ 3 April 2019 ਨੂੰ ਮੈਂ ਰਿਟਾਇਰ ਹੋਇਆ ਜੀ ਤੇ 5 ਸਾਲ ਹੋ ਗਏ ਨੇ ਬੜਾ ਆਨੰਦ ਮਾਣ ਰਹੀ ਹਾਂ ਜ਼ਿੰਦਗੀ ਦਾ ਡਾਕਟਰ ਸਾਹਿਬ ਜਦੋਂ ਤੁਸੀਂ ਗੱਲਬਾਤ ਦੱਸਦੇ ਸੀ ਤੁਸੀਂ ਭਾਵੁਕ ਵੀ ਹੋ ਰਹੇ ਸੀ ਮੈਂ ਸਮਝ ਸਕਦੀ ਹਾਂ ਕਿ ਜਦੋਂ ਬੰਦਾ ਕੋਈ ਇੱਕ ਮੁਕਾਮ ਤੇ ਪਹੁੰਚਦਾ ਹੈ ਆਪਣੇ ਆਪ ਤੇ ਕਿੰਨਾ ਮਾਣ ਉਸ ਨੂੰ ਮਹਿਸੂਸ ਹੁੰਦਾ ਹੈ ਤੇ ਘਰ ਪਰਿਵਾਰ ਤੇ ਵੀ ਬਹੁਤ ਉਹਨਾਂ ਨੂੰ ਮਾਣ ਜਿਹੜਾ ਦਿੱਤਾ ਜਾਂਦਾ ਹੈ ਤੇ ਉਹ ਵੀ ਫਿਰ ਸ਼ਾਬਾਸ਼ੀ ਦੇ ਨਾਲ ਤੁਹਾਨੂੰ ਥਾਪੜਾ ਦੇ ਕੇ ਅੱਗੇ ਤੋਰਨ ਨੂੰ ਕਹਿੰਦੇ ਨੇ ਅੱਗੇ ਤੁਰਦੇ ਗਏ ਰਾਹ ਬਣਦੇ ਗਏ ਔਰ ਰਾਹ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਵੀ ਆਈਆਂ ਅਕੜਾ ਨੂੰ ਚੱਲਣ ਦੇ ਲਈ ਅਸੀਂ ਆਪ ਤਾਂ ਤਿਆਰ ਹੁੰਦੇ ਆ ਪਰ ਪਿੱਛੇ ਸਾਡੀ ਸਪੋਰਟ ਲਈ ਸਾਡਾ ਪਰਿਵਾਰ ਹੁੰਦਾ ਹੈ। ਜਾਨਣਾ ਚਾਹਾਂਗੇ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਨੇ? ਇਸ ਤਰ੍ਹਾਂ ਕਿ 29 ਜਨਵਰੀ 1983 ਨੂੰ ਮੇਰੀ ਸ਼ਾਦੀ ਹੋਈ ਬਹੁਤ ਹੀ ਸੁਗੜ ਸਿਆਣੀ ਸੁਪਤਨੀ ਮੈਨੂੰ ਮਿਲੀ। ਜੀ। ਦਲਬੀਰ ਕੌਰ। ਹਮਮ ਤੇ ਮੈਨੂੰ ਉਸ ਦਿਨ ਦੀ ਘਟਨਾ ਇੱਕ ਯਾਦ ਆ ਰਹੀ ਹੈ ਜਿੱਦਨ ਵਿਆਹ ਕਰਾਉਣ ਲਈ ਮੈਂ ਗਿਆ ਸ਼ਾਹਕੋਟ। ਹਮਮ ਉਸ ਦਿਨ ਮਸਲੇ ਧਾਰ ਬਰਸਾਤ ਚੱਲ ਰਹੀ ਸੀ ਇੱਥੋਂ ਲੁਧਿਆਣੋਂ ਅਸੀਂ ਚੱਲੇ ਤੇ ਤਾਂ ਵੀ ਬਰਸਾਤ ਸੀ ਤੇ ਜਦੋਂ ਉੱਥੇ ਗਏ ਤੇ ਉੱਥੇ ਵੀ ਪੂਰੀ ਬਰਸਾਤ ਸੀ ਅੱਛਾ ਜੀ ਉਹ ਮੈਨੂੰ ਯਾਦ ਆ ਰਿਹਾ ਵੀ ਮੋਲੇ ਧਾਰ ਹੋਈ ਬਰਸਾਤ ਹੂੰ ਦਿਨੇ ਹੀ ਪੈ ਗਈ ਕਾਲੀ ਰਾਤ ਹੂੰ ਹੁਣ ਜਦੋਂ ਇਹੋ ਜਿਹਾ ਸਮਾਂ ਸੀ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ ਲਾਵਾ ਫਿਰ ਜਦੋਂ ਲੈਣੇ ਸੀਗੇ ਹਾਂਜੀ ਤੇ ਲਾਵਾ ਫਿਰ ਅਸੀਂ ਗੁਰਦੁਆਰਾ ਸਾਹਿਬ ਲੈਣੇ ਸੀ ਹਾਂਜੀ ਹੁਣ ਸਾਡੇ ਲਈ ਮੁਸ਼ਕਲ ਇਹ ਬਣ ਗਈ ਕਿ ਗੋਡੇ-ਗੋਡੇ ਪਾਣੀ ਸੀ ਤੇ ਜਿੱਥੇ ਅਸੀਂ ਉਹ ਰਹਿ ਰਹੇ ਸੀਗੇ ਜਾ ਕੇ ਸਾਨੂੰ ਠਹਿਰਾਇਆ ਉਹਦੇ ਨੇੜੇ ਇੱਕ ਮੰਦਿਰ ਸੀ ਅੱਛਾ ਜੀ ਤਾਂ ਉਹਨਾਂ ਨੇ ਫਿਰ ਕਿਸ ਤਰੀਕੇ ਨਾਲ ਸਾਰਾ ਮੰਤ ਬਣਾਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਮੰਦਿਰ ਦੇ ਵਿੱਚ ਕੀਤਾ ਤਾਂ ਉੱਥੇ ਜਿਹੜਾ ਫਿਰ ਸਾਡੇ ਲਾਵਾ ਫੇਰੇ ਹੋਏ ਤੇ ਮੈਨੂੰ ਯਾਦ ਆ ਰਿਹਾ ਉਸ ਦਿਨ ਹੂੰ ਵੀ ਜਿੱਥੇ ਖਾਣਾ ਖਾਣ ਖਲੋਇਆ ਹੂੰ ਉਤੋਂ ਟੈਂਟ ਚੋਂ ਮੀਸੀਚ ਹੋਇਆ ਕਪੜੇ ਮੇਰੇ ਭਿੱਜ ਗਏ ਸਾਰੇ ਲਏ ਵਿਆਹ ਦੇ ਖੂਬ ਨਜ਼ਾਰੇ ਤਮੈਨੂ ਵੀ ਬੜਾ ਵਧੀਆ ਲਿਆ ਜੀ ਤੇ ਨਾਲ ਮੇਰੇ ਜਦ ਲੱਗੇ ਭੇਜਣ ਲੱਗਦੀ ਸੀ ਉਹ ਕੋਈ ਅੰਗਰੇਜ਼ਨ ਹੂੰ ਬਹੁਤ ਵਧੀਆ ਮੇਰੀ ਵਾਈਫ ਮੈਨੂੰ ਮਿਲੀ ਹੂੰ ਤੇ ਬੜਾ ਵੱਡਾ ਸਾਥ ਨਿਭਾਇਆ ਸਭ ਤੋਂ ਵੱਡਾ ਬੇਟਾ ਜਿਹੜਾ ਮੇਰਾ ਹੈਗਾ ਉਹ 17 ਅਕਤੂਬਰ 1984 ਨੂੰ ਪਰਮਦੀਪ ਸਿੰਘ ਮੇਰੇ ਘਰ ਆਇਆ ਜੀ ਉਸ ਤੋਂ ਬਾਅਦ ਛੋਟਾ ਬੇਟਾ ਭੁਪਿੰਦਰ ਸਿੰਘ 13 12 1986 ਨੂੰ ਆਇਆ ਉਸ ਤੋਂ ਬਾਅਦ ਬੇਟੀ ਬਲਪ੍ਰੀਤ ਕੌਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਇਹਦੇ ਪਿੱਛੇ ਦੀ ਇੱਕ ਘਟਨਾ ਸੀ ਮੇਰੇ ਮਾਤਾ ਜੀ ਕਹਿਣ ਲੱਗੇ ਬੇਟਾ ਤੁਹਾਡੇ ਦੋ ਬੱਚੇ ਨੇ بیٹے ਨੇ ਤੇ ਘਰ ਦੇ ਵਿੱਚ ਇੱਕ ਕੁੜੀ ਹੋਣੀ ਜ਼ਰੂਰੀ ਚਾਹੀਦੀ ਆ ਤੋ 86 ਤੋਂ ਬਾਅਦ 93 ਹੋ ਗਿਆ ਅਸੀਂ ਆਪਣਾ ਬੱਚਿਆਂ ਦਾ ਸੋਚਿਆ ਵੀ ਨਹੀਂ ਸੀ ਜੀ ਤੇ ਮਾਤਾ ਦੀ ਰੀਤ ਪੂਰੀ ਕਰਨ ਦੇ ਲਈ ਅਸੀਂ ਗੁਰਦੁਆਰਾ ਸਾਹਿਬ ਗਏ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਇੱਕ ਬੇਟੀ ਦਿਓ ਤੇ ਗੁਰੂ ਨੇ ਬਖਸ਼ਿਸ਼ ਕੀਤੀ 31 ਮਈ 1993 ਨੂੰ ਬੇਟੀ ਬਲਪ੍ਰੀਤ ਕੌਰ ਮੇਰੇ ਘਰ ਹੋਈ ਤੇ ਅੱਜ ਕੱਲ ਚੀਫ ਮੈਨੇਜਰ ਹੈ HDFC ਦੇ ਵਿੱਚ ਲਾਈਫ ਦੇ ਵਿੱਚ ਬਹੁਤ ਵੱਡੀ ਪੋਸਟ ਤੇ ਸਰਵਿਸ ਕਰ ਰਹੀ ਹੈ ਜਿਹਦੀ ਸ਼ਾਦੀ ਕਰਤੀ ਇਹਦਾ ਘਰ ਵਾਲਾ ਵੀ ਅਮਰੀਕਨ ਕੰਪਨੀ ਦੇ ਵਿੱਚ ਸਰਵਿਸ ਕਰ ਰਿਹਾ ਤਾਂ ਜਿੱਥੋਂ ਤੱਕ ਮੇਰੇ ਦੋਨੋਂ ਬੱਚਿਆਂ ਦਾ ਤੇ ਵਾਈਫ ਦਾ ਉਹਨਾਂ ਦੀ ਵਾਹਿਗੁਰੂ ਜੀ ਨੇ ਜੋ ਸਮਾਂ ਲਿਖਿਆ ਸੀ ਜੀ ਉਹ ਸਮਾਂ ਪੂਰਾ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰਾ ਵੱਡਾ ਬੇਟਾ ਪਰਮਦੀਪ ਸਿੰਘ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 8 ਸਾਲ ਦੀ ਉਮਰ 'ਚ ਉਸ ਬੱਚੇ ਨੂੰ ਪੰਜ ਤਖਤਾਂ ਤੋਂ ਮਾਣ ਸਨਮਾਨ ਮਿਲ ਚੁੱਕਾ ਸੀ ਇੱਕ ਕਵਤਾਵਾਂ ਸੁਣਾ ਕੇ ਜ਼ਬਾਨੀ ਕਵਤਾਵਾਂ 15-20 ਮਿੰਟ ਸਟੇਜਾਂ ਤੇ ਸੁਣਾਉਂਦਾ ਸੀ ਤੇ Dell ਕੰਪਨੀ ਦੇ ਵਿੱਚ ਇੰਜੀਨੀਅਰ ਸੀਗਾ ਪਰਮਾਨੂ ਗਿਆ ਆਪਣੇ ਸਾਥੀਆਂ ਦੇ ਨਾਲ ਉੱਥੇ ਅੱਗੇ-ਅੱਗੇ ਟਰੱਕ ਜਾ ਰਿਹਾ ਸੀ ਪਿੱਛੇ-ਪਿੱਛੇ ਮੇਰੀ ਮਰੂਤੀ ਕਾਰ ਉਹ ਲੈ ਕੇ ਗਿਆ ਸੀ ਤੋ ਇੱਕਦਮ ਮਮਰੂਤੀਕਾਰ ਟਰੱਕ ਦੇ ਵਿੱਚ ਪਿੱਛੇ ਹੀ ਵੜ ਗਏ ਤੇ ਉਹ ਥੋੜਾ ਸਮਾਂ ਜੂਝਦਾ ਹੋਇਆ ਅਖੀਰ ਪੀਜੀਆਈ ਤੋਂ ਹੁੰਦਾ 40s ਦੇ ਵਿੱਚ ਉਹ ਚੜਾਈ ਕਰ ਗਿਆ ਤੇ ਉਹਦੀ ਯਾਦ ਵਿੱਚ ਮੈਂ ਇੱਕ ਪਰਮਦੀਪ ਸਿੰਘ ਦੀ ਪਵੈਲਫੇਅਰ ਸੁਸਾਇਟੀ ਬਣਾਈ ਹੋਈ ਹੈ ਜੀ ਉਹਦੇ ਰਾਹੀਂ ਅੱਜ ਕੱਲ ਨੌਜਵਾਨ ਉੱਬਰ ਦੇ ਕਮੀਆਂ ਨੂੰ ਮੈਂ ਸਨਮਾਨਿਤ ਕਰਦਾ ਆ ਰਿਹਾ ਤੇ ਹੁਣ ਤੱਕ 500 ਤੋਂ ਵੱਧ ਕਰੀ ਹੁੰਦੇ ਸਨਮਾਨਿਤ ਕੀਤੇ ਜਾ ਚੁੱਕੇ ਹੈ। ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ ਵਾਈਫ ਜਿਹੜੀ ਸੀਗੀ ਉਹ ਵੀ ਗੁਰੂ ਪਾਤਸ਼ਾਹ ਦਾ ਕੋਈ ਰੰਗ ਇਹੋ ਜਿਹਾ ਕਿ ਉਹਨੂੰ ਡੇਂਗੂ ਦਾ ਬੁਖਾਰ ਹੋਇਆ ਤੇ ਉਹ ਵੀ 21 ਨਵੰਬਰ 2013 ਚ ਚੜ੍ਹਾਈ ਕਰ ਗਏ। ਓਹੋ। ਹਾਂਜੀ ਤੇ ਮੈਨੂੰ ਕਹਿੰਦੀ ਸੀ ਵੀ ਜਦੋਂ ਵੀ ਮੈਂ ਜਾਵਾਂ ਦੁਨੀਆ ਤੋਂ ਮੈਂ ਤੁਹਾਡੇ ਹੱਥਾਂ ਦੇ ਵਿੱਚ ਜਾਵਾਂ। ਹੂੰ ਤੇ ਉਹੀ ਹੋਈ ਡੀ ਐਮ ਸੀ ਦੇ ਵਿੱਚ ਲੈ ਕੇ ਗਿਆ ਤੇ ਅਖੀਰ ਮੇਰੇ ਹੱਥਾਂ ਦੇ ਵਿੱਚੋਂ ਚਲੀ ਗਈ ਦੁਨੀਆ ਛੱਡ ਕੇ। ਇਸ ਤਰ੍ਹਾਂ ਬੇਟਾ ਭੁਪਿੰਦਰ ਸਿੰਘ ਉਹ ਵੀ ਮੇਰੇ ਕੋਲ ਇੱਥੇ ਬਾਅਦ ਸੀ ਤੇ ਉਹ ਫਿਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਅ 28 ਜੁਲਾਈ ਬਾਈ ਨੂੰ ਵੀ ਚੜਾਈ ਕਰ ਗਿਆ ਉਹ ਸੋ ਸੋਰੀ ਉਹ ਉਹਨੂੰ ਪੇਟ ਦੀ ਇਨਫੈਕਸ਼ਨ ਹੋਈ ਡੀ ਐਮ ਸੀ ਚ ਦਾਖਲ ਕੀਤਾ ਤੇ ਉੱਥੇ ਮਹੀਨਾ ਕ ਜੂਝਦਾ ਰਿਆ ਇੱਕ ਪਾਸੇ ਵੈਂਟੀਲੇਟਰ ਤੇ ਦੂਸਰੇ ਪਾਸੇ ਉਹ ਜਿਹੜਾ ਆਪਣਾ ਲੱਗਿਆ ਹੋਇਆ ਹੁੰਦਾ ਅ ਬਲੱਡ ਨੂੰ ਸਾਫ਼ ਕਰਨ ਵਾਲੀ ਮਸ਼ੀਨ ਵੈਂਟੀਲੇਟਰ ਤੇ ਦੂਸਰੇ ਪਾਸੇ ਸਾਹ ਲੈਣ ਵਾਲੀ ਮਸ਼ੀਨ ਖੈਰ ਉਹ ਵੀ ਚਲੇ ਗਿਆ ਇਹ ਵਾਯੂਗੁਰੂ ਦੇ ਹੁਕਮ 'ਚ ਹੁੰਦਾ ਸਾਰਾ ਕੁਝ ਸਾਡੇ ਹੱਥ 'ਚ ਕੁਝ ਨਹੀਂ ਆ ਤਿੰਨੋਂ ਚਲੇ ਗਏ ਤਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਵੀ ਸੱਚੇ ਪਾਤਸ਼ਾਹ ਤੇਰੀ ਚੀਜ਼ ਤੁਸੀਂ ਲੈ ਗਏ ਹੋ ਕਿਉਂ ਸਾਹਮਣੇ ਅੱਖਾਂ ਅੱਗੇ ਮੇਰੇ ਉਹ ਸਾਰਾ ਇਹਨਾਂ ਘਟਨਾਵਾਂ 'ਚ ਮੈਨੂੰ ਬਿਰਹੋਂ ਆਉਣ ਦੀ ਬਜਾਇਆ ਜਾਂ ਪਰੇਸ਼ਾਨੀ ਆਉਣ ਦੀ ਬਜਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਹਮਣੇ ਤਸਵੀਰ ਆ ਜਾਂਦੀ ਹੈ ਕਿ ਚਮਕੌਰ ਦੀ ਗੜੀ ਤੋਂ ਆਪਣੇ ਹੱਥੀਂ ਤਿਆਰ ਕਰਕੇ ਪੁੱਤਰਾਂ ਨੂੰ ਭੇਜ ਰਿਹਾ ਨੇ ਕਿ ਜਾਓ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਰਹੇ ਨੇ ਤੇ ਗੁਰੂ ਸਾਹਿਬ ਜਕਾਰੇ ਛੱਡ ਰਹੇ ਨੇ ਇਹ ਸਾਡਾ ਇਤਿਹਾਸ ਸਾਨੂੰ ਜਿਹੜਾ ਹੈ ਨਾ ਚੜ੍ਹਦੀ ਕਲਾ 'ਚ ਰੱਖਦਾ ਤੋ ਮੈਂ ਥੋੜਾ ਜਿਹਾ ਉਸ ਬਾਰੇ ਲਿਖਿਆ ਸੀਗਾ ਕਿ ਵਾਹਿਗੁਰੂ ਜੀ ਦੀ ਖੇਡ ਹੈ ਸਾਰੀ ਜੀ ਅਸੀਂ ਹਾਂ ਮੋਰੇ ਉਹ ਖਿਡਾਰੀ ਕਿਸ ਨੂੰ ਚੁੱਕਣਾ ਕਿੱਥੇ ਰੱਖਣਾ ਕਿਸ ਨੂੰ ਕਿਸ ਦੇ ਅੱਗੋਂ ਢੱਕਣਾ ਉਹਨੂੰ ਹੀ ਹੈ ਪਤਾ ਇਹ ਸਾਰਾ ਜੋ ਇਹ ਖੇਡ ਖਿਡਾਉਣਾ ਹਾਰਾ ਆਹ ਹੈ ਅਸੀਂ ਪੁਤਲੇ ਹਾਂ ਬਸ ਮਿੱਟੀ ਦੇ ਬਿਲਕੁਲ ਕੋਈ ਕਾਲੀ ਦੇ ਕੋਈ ਚਿੱਟੀ ਦੇ ਜਦ ਇਸ ਮਿੱਟੀ ਨੇ ਖੁਰ ਜਾਣਾ ਤਦ ਮਿੱਤਰ ਪਿਆਰੇ ਤੁਰ ਜਾਣਾ ਇਸ ਭਾਂਡੇ ਆਖਰ ਭੱਜ ਜਾਣਾ ਇਹ ਤਾਂ ਨਾ ਅਸਾਂ ਨੇ ਤਜ ਜਾਣਾ ਮਿਟ ਜਾਣਾ ਦੁਨਿਆਵੀ ਦ੍ਰਿਸ਼ੋਂ ਕਿਸੇ ਨੇ ਪਹਿਲਾਂ ਕਿਸੇ ਨੇ ਪਿੱਛੋਂ ਹੂੰ ਜੀਵਨ ਬਾਜੀ ਖੇਡਣਿਆਰੀ ਜੀ ਥੋੜਿਆਂ ਜਿੱਤੀ ਬਹੁਤਿਆਂ ਹਾਰੀ ਛੱਡ ਕੇ ਇੱਕ ਦਿਨ ਦੁਨੀਆਂ ਸਾਰੀ ਮਾਰ ਜਾਣੀ ਇਸ ਭੌਰ ਉਡਾਰੀ ਹੂੰ ਚਲੇ ਜਾਣਾ ਇਸ ਦੇਸ਼ ਪਰਾਏ ਜਿੱਥੋਂ ਕੋਈ ਨਾ ਵਾਪਸਿਆ ਹਾਏ ਕੀ ਆਕਦਮ ਵਿਛੋੜਾ ਪੈ ਜਾਂਦਾ ਬੰਦਾ ਹੱਥ ਮਲਦਾ ਹੀ ਰਹਿ ਜਾਂਦਾ ਕੀ ਬਾਤ ਹੈ ਕੀ ਬਾਤ ਹੈ ਕਮਲਪ੍ਰੀਤ ਫਿਰ ਮੈਂ ਵਾਹਿਗੁਰੂ ਤੇ ਗੁਰਬਾਣੀ ਮੇਰਾ ਸਾਥ ਦੇ ਰਹੀ ਹੈ ਨਾ ਮੋਹ ਜਾਚਕਾ ਕਰਿਆ ਕਰ ਹਮ ਬਸ ਉਸਦਾ ਧਿਆਨ ਤੋਂ ਧਰਿਆ ਕਰ ਹਮ ਵਾਹਿਗੁਰੂ ਜੀ ਨੇ ਲਾਈਏ ਪ੍ਰੀਤੀ ਜਿਸ ਨੇ ਪੈਦਾ ਦੁਨੀਆ ਕੀਤੀ ਸੱਚੇ ਨਾਮ ਦਾ ਪਾਈਏ ਗਹਿਣਾ ਜਿਸ ਨੇ ਸਦਾ ਅੰਗ ਸੰਗ ਰਹਿਣਾ ਰੂਹ ਉਸ ਨਾਲ ਇੱਕ ਵਿੱਚ ਰਹਿੰਦੀ איयो ਗੱਲ ਗੁਰਬਾਣੀ ਕਹਿੰਦੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਤੋ ਜਾਚਕ ਦੁਨੀਆ ਆਵਣ ਜਾਣੀ ਚਲਦੀ ਰੂਏ ਸਦਾ ਕਹਾਣੀ ਮੋਹ ਦੁਨਿਆਵੀ ਜਦ ਤੱਕ ਰਹਿਣਾ ਦੁੱਖ ਵਿਛੋੜਾ ਸਹਿਣਾ ਹੀ ਪੈਣਾ ਭਾਣਾ ਮਿੱਠਾ ਮੰਨਣਾ ਹੀ ਪੈਣਾ ਐਦੋਂ ਵੱਧ ਮੈਂ ਕੁਝ ਨਹੀਂ ਕਹਿਆ ਕੀ ਬਾਤ ਹੈ ਕੀ ਬਾਤ ਹੈ ਬਾਜਾਟਿਕ ਸਾਹਿਬ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹ ਕਵਿਤਾ ਜੋ ਤੁਸੀਂ ਸੁਣਾਈ ਹੈ ਜ਼ਿੰਦਗੀ ਦਾ ਅਸਲੀ ਜੁੜ ਦਾ ਚਾਜ ਤੇ ਸਬਬ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇੱਕ ਇਨਸਾਨ ਨੂੰ ਆਪਣੀ ਚੜ੍ਹਦੀ ਕਲਾ ਕਿੱਦਾਂ ਕਰਨੀ ਚਾਹੀਦੀ ਹੈ ਕੀ ਮੋਹ ਮਾਇਆ ਅੱਜ ਦੇ ਸਮੇਂ ਦੇ ਵਿੱਚ ਹੈ ਉਹਨੂੰ ਤਿਆਗ ਕੇ ਆਪਣੀ ਜ਼ਿੰਦਗੀ ਨੂੰ ਇੱਕ ਸਿਰਫ ਸੱਚੇ ਪਾਤਸ਼ਾਹ ਦੇ ਨਜ਼ਰਾ ਦੇ ਵਿੱਚ ਜਾਂ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਹਮੇਸ਼ਾ ਸਮਰਪਿਤ ਕਰਨੀ ਚਾਹੀਦੀ ਹੈ ਸੋ ਤੁਸੀਂ ਗੱਲਬਾਤ ਕੀਤੀ ਤੇ ਹੁਣ ਮੈਂ ਜਾਨਣਾ ਚਾਹਾਂਗੀ ਸਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਸਾਡੇ ਟੇਬਲ ਤੇ ਵੀ ਪਈਆਂ ਹੋਈਆਂ ਨੇ ਔਰ ਅੱਜ ਦੇ ਸਮੇਂ ਦੀ ਜਿਹੜੀ ਕਾਰਗੁਜ਼ਾਰੀ ਹੈ ਰਿਟਾਇਰ ਹੋਣ ਤੋਂ ਬਾਅਦ ਵੀ ਬਹੁਤ ਸਾਰੀਆਂ ਤੁਸੀਂ ਕਾਰਗੁਜ਼ਾਰੀਆਂ ਜ਼ਿੰਮੇਵਾਰੀਆਂ ਪਦਵੀਆਂ ਤੇ ਰਹੇ ਹੋ ਔਰ ਅੱਜ ਦੇ ਸਮੇਂ ਦੇ ਵਿੱਚ ਕੀ ਕਰਦੇ ਹੋ ਤੇ ਇਹ ਕਿਤਾਬਾਂ ਦਾ ਜ਼ਿਕਰ ਵੀ ਥੋੜਾ ਕਰ ਦਿਓ ਅ ਕਮਲਪ੍ਰੀਤ ਅਸਲ ਚ ਮੇਰੀ ਇਹੀ ਜ਼ਿੰਦਗੀ ਆ ਹੂੰ ਪਿਛਲੇ 30 40 ਸਾਲ ਤੋਂ ਮੇਰੇ ਕੋਲੇ ਬਹੁਮੁੱਲਾ ਖਜ਼ਾਨਾ ਹੈ ਬਿਲਕੁਲ ਹੁਣ ਤੱਕ ਮੇਰੀਆਂ 11 ਕਿਤਾਬਾਂ ਛੱਪ ਚੁੱਕੀਆਂ ਨੇ ਜੀ ਤਾਂ ਉਹਦੇ ਵਿੱਚ 1995 ਚ ਪਹਿਲੀ ਕਿਤਾਬ ਸੀ ਵਿਰਸੇ ਦੇ ਅੰਗ ਸੰਗ ਜੀ ਫਿਰ ਗੁਰਗੋਬਨ ਸਿੰਘ ਸਟਡੀ ਸਰਕਲ ਦਾ ਇਤਿਹਾਸ ਧਰਮ ਕਾ ਜੈਕਾਰ ਛਪੀ ਜੀ ਫਿਰ ਜਦੋਂ ਮੇਰਾ ਬੇਟਾ ਚੜ੍ਹਾਈ ਕਰ ਗਿਆ ਤਾਂ ਸਿੱਧਕ ਦੇ ਬੈਂਟਿੰਗਪਤਾ ਜਿਹੜੀ ਹੈ ਸਿੱਧਕ ਦੇ ਪੰਡੇ ਉਹ ਕਿਤਾਬ ਮੇਰੀ ਛਪੀ ਠੀਕ ਹੈ ਇਨ ਬਿਟਵੀਨ ਜਦੋਂ ਪੀ ਐਚ ਡੀ ਕਰ ਰਿਆ ਸੀ ਤਾਂ ਇੱਕ ਸੀ ਸਿੱਖ ਧਰਮ ਨੂੰ ਦਰਪੇਸ਼ ਚ ਨਾਉਤੀਆਂ ਤੇ ਪੀ ਐਚ ਡੀ ਦਾ ਥੀਸਿਸ ਭਾਈ ਸੰਤੋਖ ਸਿੰਘ ਦੇ ਰਚੇ ਹੋਏ ਸੂਰਜ ਪ੍ਰਕਾਸ਼ ਗ੍ਰੰਥ ਦਾ ਆਲੋਚਨਾਤਮਕ ਅਧਿਐਨ ਇਸ ਦੇ ਨਾਲ ਫਿਰ ਅੱਗੇ ਮੇਰੇ ਜਦੋਂ ਇਨਾਮ ਸਨਮਾਨ ਮਿਲਦੇ ਉਦੋਂ ਸੋਵਿਨਾ ਛਪੇ ਫਿਰ ਜਿਹੜਾ ਹੈ ਇੱਕ ਬਹੁਤ ਹੀ ਇਤਿਹਾਸਿਕ ਪੁਸਤਕ ਗੁਰੂ ਨਾਨਕ ਦਾ ਪੰਥ ਨਿਰਾਲਾ ਜੀ ਇਹ ਜਿਹੜੀ ਹੈ ਇਹਦੇ ਵਿੱਚ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੁਲਤਾਨਪੁਰ ਲੋਧੀ ਚ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਰਿਲੀਜ਼ ਕੀਤੀ ਜੀ ਤਾਂ ਹੁਣ ਜਿਹੜੀ ਲੇਟੈਸਟ ਮੇਰਾ ਆਇਆ ਉਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ 50 ਸਾਲਾ ਇਤਿਹਾਸ ਓਹੋ ਵਾਓ ਉਹ 1972 ਤੋਂ 2022 ਤੱਕ ਕਿਉਂਕਿ ਮੇਰੀਆਂ ਵੀ ਬੜੀ ਵੱਡੀਆਂ ਸਵਾਮਾਂ ਉਹਦੇ ਚ ਚੀਫ ਕਾਲੈਬੋਰੇਟਰ ਹਾਂ ਤੇ ਪਿਛਲੇ 47 ਸਾਲ ਤੋਂ ਸੇਵਾ ਕਰ ਰਿਹਾ ਜੀ ਤਾਂ ਉਸ ਮੁਤਾਬਕ ਉਹ ਇਤਿਹਾਸ ਲਿਖਿਆ ਪੰਜ ਜਿਲਦਾਂ ਦੇ ਵਿੱਚ ਇਤਿਹਾਸ ਹੈ ਸੇਵਾ ਲਾਗੇ ਸੇਵੜ ਭਾਗੇ ਉਹਦਾ ਸਰਲੇਖ ਹੈ ਜੀ ਤੇ ਉਹਦੇ 1732 ਪੰਨੇ ਨੇ ਜੀ ਉਹ ਪੰਜ ਵੋਲੀਅਮ ਦੇ ਵਿੱਚ ਬਹੁਤ ਵੱਡੀ ਸੇਵਾ ਪਾਤਸ਼ਾਹ ਨੇ ਮੇਰੇ ਹੱਥੋਂ ਲਈ ਹੈ ਜੀ ਤਾਂ ਇਸ ਤਰੀਕੇ ਦੇ ਨਾਲ ਇਹ ਸਾਰਾ ਚੱਲਦਾ ਆ ਰਿਹਾ ਔਰ ਸੋਸ਼ਲ ਮੀਡੀਆ ਤੇ ਮੇਰੀਆਂ 500 ਦੇ ਕਰੀਬ ਕਵਤਾਵਾਂ ਕੋਈ ਵੀ ਡਾਕਟਰ ਹਰੀ ਸਿੰਘ ਜਾਚ ਜਦੋਂ ਫਾਈਂਡ ਕਰੇਗਾ ਤੇ ਉਹਦੇ ਸਾਹਮਣੇ ਆ ਦਨ ਗਿਆ ਵੱਡੀ ਗੱਲ ਕਿ ਮੈਂ ਕੋਈ ਯੂਨੋਡੇ ਹੋਏ ਨੈਸ਼ਨਲ ਡੇਸ ਹੋਏ ਸਿੱਖਡੇ ਹੋਏ ਤੋ ਮੇਰੀ ਹਰ ਕਵਤਾ ਜਿਹੜੀ ਹੈ ਘਰ ਤੋਂ ਕੱਟ 5 ਲੱਖ ਲੋਕਾਂ ਕੋਲ ਪਹੁੰਚ ਜਾਂਦੀ ਹੈ। ਕੀ ਬਾਤ ਹੈ। ਤੋ ਮੈਨੂੰ ਬੜਾ ਸਕੂਨ ਮਿਲਦਾ ਹੈ। ਬੜੇ ਕਮੈਂਟਸ ਆਉਂਦੇ ਨੇ। ਬਹੁਤ ਮਨਪਸੰਦ ਹੁੰਦਾ ਹੈ ਕਿ ਵੈਗੁਰੂ ਜੀ ਮੇਰੇ ਤੋਂ ਇਹ ਸੇਵਾ ਲੈ ਰਹੇ ਨੇ। ਡਾਕਟਰ ਸਾਹਿਬ ਤੁਹਾਡੇ ਘਰ ਦੇ ਵਿੱਚ ਜਦੋਂ ਅਸੀਂ ਘੁੰਮ ਕੇ ਵੇਖ ਰਹੇ ਸੀ ਬਹੁਤ ਸਾਰੇ ਮਾਨ ਸਨਮਾਨ ਕੋਈ ਕੋਨਾ ਇਦਾਂ ਦਾ ਨਹੀਂ ਸੀ ਜਿੱਥੇ ਮਾਨ ਸਨਮਾਨ ਨਾ ਹੋਵੇ। ਸੈਕੜੇ ਹੀ ਮਾਨ ਸਨਮਾਨ ਤੁਹਾਡੇ ਕੋਲ ਨੇ। ਕੋਈ ਯਾਦ ਤੁਹਾਡੀ ਹੋਵੇ ਮਾਨ ਸਨਮਾਨਾ ਨੂੰ ਲੈ ਕੇ ਸਾਡੇ ਨਾਲ ਸਾਂਝੀ ਕਰੋ। ਕਮਲਪ੍ਰੀਤ ਐਕਸਟਰਾ ਹੈ। ਕਿ ਪਿਛਲੇ 30 ਸਾਲਾਂ ਤੋਂ ਜੀ ਬਹੁਤ ਵੱਡੇ ਵੱਡੇ ਮਾਨ ਸਨਮਾਨ ਪੰਜਾਂ ਤਖਤਾਂ ਤੋਂ ਮਾਨ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਪੰਜਾਬੀ ਸਿਹਤ ਅਕੈਡਮੀਆਂ ਸੰਸਥਾਵਾਂ ਮਤਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਰਟੀਫਿਕੇਟ ਸਨਮਾਨ ਇਹ ਦਾਸ ਦੇ ਕੋਲ ਪਏ ਨੇ ਕਈ ਰਿਮਾਰੀਆਂ ਦੇ ਵਿੱਚ ਵੀ ਪਏ ਨੇ ਅੰਦਰ ਜਿਹੜੇ ਬਾਹਰ ਨਹੀਂ ਰੱਖ ਸਕਦਾ ਡਿਸਪਲੇ ਨਹੀਂ ਕਰ ਸਕਦਾ ਇਹ ਗੁਰੂ ਦੀ ਬਖਸ਼ਿਸ਼ ਮੈਂ ਸਮਝਦਾ ਕਿ ਜਿਹੜੀ ਇਹ ਮਾਨ ਸਨਮਾਨ ਨੂੰ ਮਿਲਦੇ ਨੇ ਇੱਕ ਸਭ ਤੋਂ ਵੱਡਾ ਮਾਨ ਸਨਮਾਨ ਪ੍ਰੀਤਮ ਸਿੰਘ ਕਾਸ ਯਾਦਗਾਰੀ ਰਿਵਾਰਡ ਮੈਨੂੰ ਮਿਲਿਆ ਦਿੱਲੀ 'ਚ ਤੇ ਨਾਲ 51000 ਉਹਨਾਂ ਨੇ ਦਿੱਤਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਭਾਈ ਵੀਰ ਸਿੰਘ ਜੀ ਦਾ ਉਹਨਾਂ ਦੀ ਯਾਦਗਾਰੀ ਪੁਰਸਕਾਰ ਮੈਨੂੰ ਮਿਲਿਆ ਪਿੱਛੇ ਜੇ ਪ੍ਰਥੀਪਾਲ ਸਿੰਘ ਠੋਲਾ ਯਾਦਗਾਰੀ ਰਿਵਾਰਡ ਮਿਲਿਆ ਇਸ ਦੇ ਨਾਲ ਹੀ ਮੈਨੂੰ ਸ਼ਰੋਮਣੀ ਸਾਹਿਤਕਾਰ ਅਵਾਰਡ ਜਿਹੜਾ ਉਹ ਵੀ ਮਿਲ ਚੁੱਕਿਆ ਹੈ ਤੇ ਕਿਉਂਕਿ ਪੰਜਾਬੀ ਸਹਿਤ ਅਕੈਡਮੀ ਦਾ ਮੈਂ ਸਕੱਤਰ ਹਾਂ ਤਾਂ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੰਸਾਰ ਦੇ ਵਿੱਚ ਜਿੱਥੇ ਵੀ ਸਹਿਤ ਅਕੈਡਮੀਆਂ ਨੇ ਇਹ ਸਭ ਤੋਂ ਵੱਡੀ ਸਹਿਤ ਅਕੈਡਮੀ ਹੈ ਤੇ ਇਸ ਦੇ ਵਿੱਚ ਭਾਸ਼ਾ ਕਾਨਫਰੰਸ ਅਸੀਂ ਕਰਵਾਉਂਦੇ ਰਹਿੰਨੇ ਆ ਇਹਦੇ ਵਿੱਚ ਕਵੀ ਦਰਬਾਰ ਕਰਵਾਉਂਦੇ ਰਹਿੰਨੇ ਆ ਰੂਬਰੂ ਕਰਵਾਉਂਦੇ ਰਹਿੰਨੇ ਆ ਉਹ ਸਾਰਿਆਂ ਦੇ ਵਿੱਚ ਜਿਹੜਾ ਹੈ ਜਦੋਂ ਬੈਠੀਦਾ ਕੋਈ ਮੁੱਖ ਮਹਿਮਾਨ ਬਣਾ ਦਿੰਦਾ ਕੋਈ ਪ੍ਰਧਾਨ ਬਣਾ ਦਿੰਦਾ ਕੋਈ ਸਟੇ ਸਕੱਤਰ ਬਣਾ ਦਿੰਦਾ ਤੇ ਬੜਾ ਮਾਣ ਸਨਮਾਨ ਜਿਹੜਾ ਦੁਨਿਆਵੀ ਤੌਰ ਤੇ ਮਿਲ ਰਿਹਾ ਹੈ ਜਦਿਕ ਸੰਬੋਹ ਸਾਰੇ ਮਾਨ ਸਮਾਨਾ ਦੀ ਗੱਲ ਕੀਤੀ ਹੈ ਤੁਸੀਂ ਔਰ ਹੁਣੇ ਮੈਂ ਪੁੱਛਣਾ ਚਾਹਾਂਗੀ ਕਿ ਕੱਲੀ ਤੁਸੀਂ ਦੇਸ਼ਾਂ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਨਾਮ ਬਣਾਇਆ ਹੈ ਉੱਥੇ ਦੀਆਂ ਕਿਸ ਤਰ੍ਹਾਂ ਰਹੀਆਂ ਤੁਹਾਡੀਆਂ ਯਾਤਰਾਵਾਂ ਐਕਚੁਅਲੀ ਮੈਨੂੰ ਸ਼ੁਰੂ ਤੋਂ ਹੀ ਕਾਫੀ ਸੱਦਾ ਪੱਤਰ ਆਉਂਦੇ ਰਹੇ ਜੀ ਕਿ ਤੁਸੀਂ ਸਾਡੇ ਦੇਸ਼ ਆਓ ਸਾਡੇ ਦੇਸ਼ ਆਓ ਤੇ ਅੱਜ ਕੱਲ ਤੇ ਪਰਮਾਰ ਹੋਈ ਪਈ ਜਦੋਂ ਦਾ ਸੋਸ਼ਲ ਮੀਡੀਆ ਤੇ ਮੈਂ ਆ ਤੇ ਮੇਰੀਆਂ ਪੋਇਮਸ ਚੱਲ ਰਹੀਆਂ ਨੇ ਹਰ ਦੇਸ਼ ਤੋਂ ਬੜੇ ਸਾਰੇ ਸਤਿਕਾਰਯੋਗ ਜਿੰਨੇ ਵੀ ਸਾਡੀਆਂ ਸੁਭਾਵਾਂ ਨੇ ਜਿਹੜੀਆਂ ਵਰਲਡ ਲੈਵਲ ਤੇ ਪੰਜਾਬੀ ਕਾਨਫਰੰਸ ਕਰਦੀਆਂ ਨੇ ਉਹਨਾਂ ਦੇ ਸਾਰੇ ਹੈੱਡ ਜਿੰਨੇ ਨੇ ਉਹ ਮੇਰੇ ਦੋਸਤ ਬਣ ਚੁੱਕੇ ਨੇ ਵੀ ਇੱਥੇ ਆਉ ਉਹ ਇੱਥੇ ਆ ਪਰ ਗੁਰੂ ਪਾਤਸ਼ਾਹ ਨੇ ਕੋਈ ਬਖਸ਼ਿਸ਼ ਕੀਤੀ ਜਦੋਂ ਅੰਗਲੈਂਡ ਵਿਖੇ ਚਾਰ ਕ ਮਹੀਨੇ ਮੈਂ ਗਿਆ ਉੱਥੇ ਮਤਲਬ ਅਸੀਂ ਗਏ ਸੀ ਵੀ ਚਲੋ ਇੱਕ ਗੁਰਦੁਆਰੇ 'ਚ ਨਾ ਹਫ਼ਤਾਕ ਅਸੀਂ ਕਵੀ ਦਰਬਾਰ ਕਰਾਂਗੇ ਤੇ ਉੱਥੇ ਸੰਡੇ ਨੂੰ ਸਮਾਗਮ ਹੁੰਦੇ ਨੇ ਜੀ ਜਦੋਂ ਅਸੀਂ ਚਾਰ ਕਵੀ ਉੱਥੇ ਪਹੁੰਚੇ ਤਾਂ ਉਹ ਜਦੋਂ ਪਹਿਲੀ ਵਾਰੀ ਅਸੀਂ ਪਰਫਾਰਮੈਂਸ ਦਿੱਤੀ ਉੱਥੇ ਕਵੀ ਦਰਬਾਰ ਕੀਤਾ ਉਹਦੀ ਇੰਨੀ ਖੁਸ਼ਬੋਈ ਫੈਲੀ ਇੰਗਲੈਂਡ ਦੇ ਵਿੱਚ ਕਿ 4 ਮਹੀਨੇ 'ਚ ਇੱਕ ਰਾਤ ਜਾਂ ਇੱਕ ਦਿਨ ਵੀ ਸੀ ਜਦਨ ਅਸੀਂ ਕਵੀ ਦਰਬਾਰ ਨਾ ਕੀਤਾ ਹੋਵੇ ਵਾਹ ਪੂਰੇ ਦਾ ਪੂਰਾ ਇੰਗਲੈਂਡ ਹਫਤਾ ਹਫਤਾ ਇੱਕ ਇੱਕ ਗੁਰਦੁਆਰਾ ਸਾਹਿਬ ਜਿੱਥੇ ਉੱਥੋਂ ਸੰਗਤਾਂ ਨੇ ਆਨੰਦ ਮਾ ਰਿਆ ਉੱਥੇ ਜਿਹੜੇ ਰੇਡੀਓ ਸਟੇਸ਼ਨ ਸਨ ਉੱਥੇ ਸਾਡੀਆਂ ਇੰਟਰਵਿਊ ਹੋਈਆਂ ਸਾਡ ਅਖਬਾਰਾਂ ਦੇ ਵਿੱਚ ਚਰਚਾ ਹੁੰਦੀ ਦੀ ਬੜਾ ਹੀ ਵਧੀਆ ਸੀ ਅੰਗਲਾਨ ਦੀ ਪੂਰੀ ਯਾਤਰਾ ਫ੍ਰੀ ਕਰਕੇ ਸਗੋਂ ਸੰਗਤਾਂ ਨੇ ਮਾਣ ਸਨਮਾਨ ਦਿੱਤਾ ਵਾਪਸ ਆਏ। ਇਸੇ ਤਰ੍ਹਾਂ ਪਾਕਿਸਤਾਨ ਚ ਇੱਕ ਵਾਰੀ ਸੁਨਹਿਰੀ ਪਾਲਕੀ ਅਸੀਂ ਲੈ ਕੇ ਗਏ ਸੀ ਦਿੱਲੀ ਕਮੇਟੀ। ਉਦੋਂ ਅਸੀਂ ਉੱਥੇ ਗਏ ਉੱਥੇ ਕਵੀ ਦਰਬਾਰ ਕੀਤੇ, ਪੰਜਾ ਸਾਹਿਬ ਦਾ ਦਰਸ਼ਨ ਕੀਤੇ, ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ। ਬੜਾ ਆਨੰਦ ਆਇਆ ਉੱਥੇ ਵੀ ਅੱਛੇ ਲੋਕ ਸਾਰੇ ਜਿਹੜੇ ਪਿਆਰ ਸਤਿਕਾਰ ਵਾਲੇ ਮਿਲਨਸਾਰ ਤੇ ਸਾਰਿਆਂ ਨੇ ਸਤਿਕਾਰ ਦਿੱਤਾ। ਪਿਛਲੇ ਦਿਨਾਂ ਚ ਮੈਂ ਮਲੇਸ਼ੀਆ ਤੇ ਥਾਈਲੈਂਡ ਗਿਆ। ਜੀ ਤਾਂ ਉੱਥੇ ਵੀ ਬੜਾ ਆਨੰਦ ਮਾਣਿਆ ਤੇ ਇੱਕ ਮੈਨੂੰ ਜਿਹੜੀ ਯਾਦ ਆ ਉਹ ਕਦੀ ਨਹੀਂ ਭੁੱਲ ਸਕੇਗੀ ਜੀ ਉਹ ਇਹ ਹੈ ਕਿ ਜੂੰਦੇ ਜਾਗਦੇ ਸ਼ੇਰਾਂ ਦੇ ਨਾਲ ਮੈਂ ਉੱਥੇ ਖੜਾ ਰਿਆ 5-10 ਮਿੰਟ ਤੇ ਉਹਨਾਂ ਦੀ ਪੂਛ ਨੂੰ ਹੱਥ 'ਚ ਫੜ ਕੇ ਖੜਾ ਰਿਆ ਉਹ ਐ ਐ ਕਰਦੇ ਸੀ ਪਰ ਮੈਂ ਖੜਾ ਰਿਆ ਕਿਉਂਕਿ ਉੱਥੇ ਮਾਹੌਲ ਇਹੋ ਜਿਹਾ ਬਣਾਇਆ ਹੋਣਾ ਜੀ ਜੀ ਤਾਂ ਉਹ ਮੈਨੂੰ ਬੜੀ ਯਾਦ ਆਉਂਦੀ ਹੈ ਤੇ ਉਹ ਮੈਂ ਫੋਟੋਆਂ ਵੀ ਖਿੱਚ ਕੇ ਲਿਆ ਨਾਲ ਵੀਡੀਓ ਵੀ ਬਣਵਾ ਕੇ ਲਿਆ ਉਹ ਉਹ ਭੁੱਲ ਯਾਦ ਹੈ ਮੇਰੀ ਜ਼ਿੰਦਗੀ ਦੀ ਇਸ ਤਰ੍ਹਾਂ ਹੁਣ ਅਗੋਂ ਕੈਨੇਡਾ ਤੋਂ ਕਈ ਆ ਚੁੱਕੇ ਨੇ ਤਾਂ ਮੈਂ ਹੁਣ ਕੈਨੇਡਾ ਜਿਹੜਾ ਹੈ ਅਗਸਤ ਦੇ ਵਿੱਚ ਜਾ ਰਿਹਾ ਬਹੁਤ ਵੱਡੀ ਸੇਵਾ ਕਰ ਰਹੇ ਹੋ ਡਾਕਟਰ ਸਾਹਿਬ ਕੇ ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਤੁਹਾਡੀ ਸਾਰੀ ਜੀਵਨ ਗਾਥਾ ਨੂੰ ਅਸੀਂ ਇੰਨੇ ਕੁ ਕੁਝ ਮਿੰਟਾਂ ਦੇ ਵਿੱਚ ਤਾਂ ਨਹੀਂ ਅਸੀਂ ਸਮਝ ਸਕਦੇ ਨਾ ਅਸੀਂ ਸੁਣ ਸਕਦੇ ਆ ਪਰ ਫਿਰ ਵੀ ਜਿੰਨੀ ਗੱਲਬਾਤ ਕੀਤੀ ਉਹਦੇ ਵਿੱਚ ਬਹੁਤ ਖੱਟੇ ਮਿੱਠੇ ਅਹਿਸਾਸ ਹੈ ਨਾ ਜ਼ਿੰਦਗੀ ਦੇ ਵਿੱਚ ਔਕੜਾਂ ਵੀ ਬਹੁਤ ਚੱਲੀਆਂ ਔਰ ਖੁਸ਼ੀ ਦੇ ਪਲ ਵੀ ਆਏ ਤੁਹਾਡੇ ਕੋਲ ਫਿਰ ਵੀ ਅੱਜ ਇੰਨਾ ਹੱਸੂ ਹੱਸੂ ਕਰਦਾ ਚਿਹਰਾ ਹੈ ਨਾ ਤੇ ਤੰਦਰੁਸਤੀ ਵਾਲਾ ਜੀਵਨ ਅਸੀਂ ਤਾਂ ਕਾਮਨਾ ਇਹੀ ਕਰਦੇ ਹਾਂ ਔਰ ਸ਼ੁਭੀ ਸ਼ਾਮਾਂ ਦਿੰਦੇ ਆ ਕਿ ਆਉਣ ਵਾਲਾ ਸਮਾਂ ਵੀ ਬਹੁਤ ਖੂਬਸੂਰਤ ਹੋਵੇ ਤੁਹਾਡੇ ਲਈ ਔਰ ਪ੍ਰਮਾਤਮਾ ਐਦੇ ਹੀ ਆਪਣੀ ਜਿਹੜੀ ਨਜ਼ਰ ਸੁਵਲੀ ਤੁਹਾਡੇ ਤੇ ਬਣਾ ਕੇ ਰੱਖੇ ਫਿਰ ਵੀ ਮੈਂ ਵੀ ਜਾਣਨਾ ਚਾਹੁੰਦੀ ਆ ਸਾਡੇ ਸਾਰੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਕਿ ਜ਼ਿੰਦਗੀ ਨੂੰ ਜਿਉਣ ਦੇ ਲਈ ਕਿ ਅਸਲੀ ਜਿਹੜਾ ਰੰਗ ਢੰਗ ਸਾਡਾ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ ਔਰ ਜ਼ਿੰਦਗੀ ਦੇ ਅਸਲੀ ਮਾਇਨੇ ਕੀ ਨੇ ਤੇ ਅਸੀਂ ਕੇਣਾ ਮੰਤਰ ਤੁਹਾਡੇ ਤੋਂ ਸਿੱਖੀਏ ਕਿ ਅਸੀਂ ਵੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਰੋਲ ਮਾਡਲ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ ਤੁਹਾਡੇ ਨੂੰ ਜ਼ਰੂਰ ਕਿ ਜਦੋਂ ਮੇਰੀ ਮਿਸੇਜ ਦਲਵੀਰ ਕੌਰ ਚੜ੍ਹਾਈ ਕਰਗੇ 13 ਦੇ ਵਿੱਚ ਜੀ ਤੇ 14 ਦੇ ਵਿੱਚ ਫਿਰ ਮੈਂ ਸ਼ਾਦੀ ਕਰਵਾ ਲਈ ਜੀ ਉਹਨਾਂ ਦਾ ਨਾਮ ਜਗਦੀਪ ਕੌਰ ਹੈ ਔਰ ਉਹ ਵੀ ਪੀ ਐਚ ਡੀ ਨੇ ਤੇ ਇੱਕ ਵਿਗਿਆਨ ਖੇਤਰਾਂ ਵਿੱਚ ਲੈਕਚਰਰ ਨੇ ਠੀਕ ਓਕੇ ਬੜਾ ਸੋਹਣਾ ਸਾਡਾ ਗ੍ਰਿਸ਼ਤੀ ਜੀਵਨ ਚੱਲ ਰਿਹਾ ਤੇ ਇਹ ਜਿਹੜਾ ਮੇਰਾ ਲਾਈਫ ਹੈ ਕਿਉਂਕਿ ਸ਼ੁਰੂ ਤੋਂ ਮੈਨੂੰ ਪੇਰੈਂਟਸ ਤੋਂ ਸੰਸਕਾਰ ਚੜ੍ਹਦੀ ਕਲਾ ਦੇ ਵੇਲੇ ਕਿ ਕਿਸੇ ਵੀ ਥਾਂ ਤੇ ਤੁਸੀਂ ਟੈਂਦੀ ਕਲਾ ਚ ਨਹੀਂ ਆਣਾ ਕੋਈ ਹਾਲਾਤ ਹੋਵੇ ਸਭ ਤੋਂ ਵੱਡੀ ਚੀਜ਼ ਹੈ ਸਾਡੇ ਕੋਲ ਚੜ੍ਹਦੀ ਕਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਅਸਲੀ ਜ਼ਿੰਦਗੀ ਹੈ ਦੁੱਖ ਹੋਵੇ ਉਹਦੇ ਚ ਵੀ ਸ਼ੁਕਰ ਹੈ ਪ੍ਰਮਾਤਮਾ ਤੇਰਾ ਸੁੱਖ ਹੋਵੇ ਤਾਂ ਵੀ ਤੇਰਾ ਸ਼ੁਕਰ ਹੈ ਹਾਂਜੀ ਇਹਦੇ ਨਾਲ ਨਾਲ ਦੋ ਸਾਡੇ ਥੰਮ ਨੇ ਇੱਕ ਸਾਡੇ ਕੋਲ ਇੱਕ ਹੈਗਾ ਸੇਵਾ ਤੇ ਇੱਕ ਸਿਮਰਨ ਇਹ ਦੋਵੇਂ ਚੀਜ਼ਾਂ ਸਾਡੇ ਨਾਲ ਰਹਿਣਗੀਆਂ ਸਾਡੇ ਕੋਲ ਢੈਂਦੀ ਕਲਾ ਨਹੀਂ ਆਏਗੀ ਇਹ ਜ਼ਰੂਰੀ ਗੱਲ ਤੀਜੀ ਗੱਲ ਅਸੀਂ ਜਿਹੜਾ ਹੈਗਾ ਆ ਕਦੀ ਵੀ ਹੋਮੇ ਦੇ ਵਿੱਚ ਨਹੀਂ ਆਣਾ ਦਾਸ ਹੈ ਆਰਮੀ ਤੋਂ ਕਲਾਸ 1 ਅਫਸਰ ਰਟਾਇਰ ਹੋਇਆ ਡਬਲ ਐਮ ਐ ਪੀ ਐਚ ਡੀ ਗੋਲਡ ਮੈਡਲਿਸਟ ਸ਼ਰੂਮ ਨਹੀਂ ਕਦੀ ਜੇ ਮੈਂ ਸਮਝਾਂ ਕਿ ਮੈਂ ਤਾਂ ਪਤਾ ਨਹੀਂ ਕੀ ਰਾਬੀ ਬਣ ਗਿਆ ਇਹ ਕੁਛ ਨਹੀਂ ਹੈ ਜੀ ਮੈਂ ਗੇਤ ਉਹਨਾਂ ਜਿਗਰ ਕੀਤਾ ਨਾ ਅਸੀਂ ਪੁਤਲੇ ਨਰੇ ਹਾਂ ਮਿੱਟੀ ਦੇ ਕੋਈ ਕਾਲੀ ਦੇ ਕੋਈ ਚਿੱਟੀ ਦੇ ਇਹ ਦੁਨਿਆਵੀ ਅਫਸਰੀਆਂ ਉਹਨਾਂ ਚ ਅੱਛੀਆਂ ਨੇ ਜਿੰਨਾ ਚਿਰ ਅਸੀਂ ਵੈਗਰ ਨੂੰ ਯਾਦ ਰੱਖਦੇ ਆ ਮੈਨੂੰ ਇੱਕ ਬੰਦ ਯਾਰ ਆ ਰਿਹਾ ਕਮਲਪ੍ਰੀਤ ਜ਼ਰੂਰ ਕਿ ਇਹ ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਂ ਆ ਦੁਨਿਆਵੀ ਦਾਤਾਂ ਦਾਤਾਂ ਦਿੱਤੀਆਂ ਦਾਤੇ ਨੇ ਅਸਾਂ ਤਾਂ ਆ ਸਭ ਦਾਤੇ ਦੀਆਂ ਜਾਹਰ ਨਿਸ਼ਾਨੀਆਂ ਨੇ ਪਰ ਦਾਤਾ ਭੁੱਲ ਕੇ ਦਾਤਾ ਨਾਲ ਮੋਹ ਪਾਇਆ ਭਾਵੇਂ ਪਤਾ ਹੈ ਕਿ ਬੇਗਾਨੀਆਂ ਨੇ ਹਮ ਕੀ ਬਾਤ ਪਲਾਂ ਵਿੱਚ ਹੀ ਵਾਪਸ ਵੀ ਲੈ ਸਕਦਾ ਹੈ ਜੀ ਇੱਕ ਪੀਣਾ ਦੇ 10 ਪੀ ਹਿਰਲੇ ਹਮ ਪਲਾਂ ਵਿੱਚ ਹੀ ਵਾਪਸ ਵੀ ਲੈ ਸਕਦਾ ਸਮਝੋ ਲਾਭ ਦੀ ਥਾਂ ਫਿਰ ਹਾਨੀਆਂ ਨੇ ਦਾਤਾ ਮਾਣੋ ਪਰ ਦਾਤਾ ਵੀ ਯਾਦ ਰੱਖੋ ਇਹ ਸਭ ਦਾਤੇ ਦੀਆਂ ਮਿਹਰਬਾਨੀਆਂ ਨੇ। ਕੀ ਬਾਤ ਹੈ ਬਹੁਤ ਖੂਬਸੂਰਤ ਬਹੁਤ ਖੂਬਸੂਰਤ। ਤੁਸੀਂ ਜ਼ਿੰਦਗੀ ਜਿਉਣੀ ਹੈ। ਵਾਹਿਗੁਰੂ ਦਾ ਸ਼ੁਕਰਾਨਾ ਹਮੇਸ਼ਾ ਕਰਦੇ ਰਹੋ। ਤੁਹਾਡੀ ਜ਼ਿੰਦਗੀ ਠੀਕ ਹੈ ਅਦਰਵਾਇਜ਼ ਫਿਰ ਮੰਝਾਈ ਹੈਗਾ। ਮੈਂ ਸਰਦਾਰ ਹਰੀ ਸਿੰਘ ਜਾਟਕ ਜੀ ਦੀ ਬੇਟੀ ਹਾਂ ਬਲਪ੍ਰੀਤ ਕੌਰ। ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਜਾਟਕ ਜੀ ਦੇ ਘਰ ਪੈਦਾ ਹੋਈ। ਮੈਨੂੰ ਮਾਤਾ ਦਲਬੀਰ ਕੌਰ ਜੀ ਤੇ ਪਿਤਾ ਜੀ ਸਰਦਾਰ ਹਰੀ ਸਿੰਘ ਜਾਟਕ ਜੀ ਦੇ ਘਰ ਮੈਂ ਜਨਮ ਲਿਆ ਮੈਨੂੰ ਪੂਰੀ ਜ਼ਿੰਦਗੀ ਮੇਰੇ ਪਿਤਾ ਜੀ ਨੇ ਕੋਈ ਵੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੈਨੂੰ ਹਰ ਚੀਜ਼ ਵਿੱਚ ਜੋ ਵੀ ਮੈਨੂੰ ਚਾਹੀਦਾ ਸੀ ਉਹ ਮਿਲਿਆ ਤੇ ਸਭ ਤੋਂ ਜ਼ਿਆਦਾ ਰਿਸਤੇ ਮੈਂ ਫੋਕਸ ਕਰਨਾ ਚਾਹਾਂਗੀ ਉਹ ਹੈ ਇਹਨਾਂ ਨੇ ਜੋ ਪੜ੍ਹਾਈ ਨੂੰ ਮਹੱਤਤਾ ਦਿੱਤੀ ਜਿੱਥੇ ਕਿ ਆਲੇ ਦੁਆਲੇ ਸਾਡੇ ਕੁੜੀਆਂ ਨੂੰ ਇਹੀ ਕਿਹਾ ਜਾਂਦਾ ਸੀ ਕਿ ਤੁਸੀਂ ਵੱਡੇ ਹੋ ਕੇ ਰਸੋਈ ਸਾਹਮਣੀ ਹੈ ਬੱਚੇ ਸਾਹਮਣੇ ਹੈ ਉੱਥੇ ਮੇਰੇ ਪਿਤਾ ਜੀ ਨੇ ਹਮੇਸ਼ਾ ਮੈਨੂੰ ਬਹੁਤ ਜ਼ਿਆਦਾ ਪ੍ਰੇਰਣਾ ਦਿੱਤੀ ਕਿ ਤੁਸੀਂ ਬਹੁਤ ਜ਼ਿਆਦਾ ਪੜ੍ਹੋ ਲਿਖੋ ਤੇ ਵੱਡੇ ਬਣੋ ਇਸੇ ਕਰਕੇ ਮੇਰੇ ਪਿਤਾ ਜੀ ਨੇ ਮੈਨੂੰ ਬੀਟੈਕ ਕਰਾਈ ਤੇ ਉਸ ਤੋਂ ਬਾਅਦ ਐਮਬੀਏ ਵੀ ਕਰਾਈ ਉਸ ਕਰਕੇ ਅੱਜ ਮੈਂ ਇੱਕ ਬਹੁਤ ਵੱਡੀ ਕੰਪਨੀ ਐਚਡੀਐਫਸੀ ਲਾਈਫ ਦੀ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਹਾਂ ਤੇ ਮੇਰਾ ਜੋ ਟਰਨਿੰਗ ਪੁਆਇੰਟ ਰਿਹਾ ਸੀ ਲਾਈਫ ਵਿੱਚ ਜਿਸ ਦਾ ਮੈਂ ਸਾਰਾ ਕ੍ਰੈਡਿਟ ਆਪਣੇ ਪਿਤਾ ਜੀ ਨੂੰ ਦੇਣਾ ਚਾਹਾਂਗੀ ਉਹ ਇਹ ਸੀ ਕਿ ਜਦੋਂ ਮੇਰੇ ਮਾਤਾ ਜੀ ਦੀ ਡੈਥ ਹੋਈ ਤਾ ਬੀਟੈਕ ਤੋਂ ਬਾਅਦ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਇਹਦਾ ਵਿਆਹ ਕਰ ਦੋ ਜਾਂ ਫਿਰ ਇਹਨੂੰ ਜਿਹੜੀ ਜੌਬ ਮਿਲੀ ਆ ਉਹ ਦੇ ਦੋ ਤੇ ਮੇਰੀ ਐਮਬੀਏ ਦੀ ਫੀਸ ਬਹੁਤ ਹਾਈ ਸੀ 2 ਲੱਖ ਉਸ ਟਾਈਮ ਦੀ ਫੀਸ ਸੀ ਤੇ ਮੇਰੇ ਪਿਤਾ ਜੀ ਨੇ ਇਹੀ ਕਿਹਾ ਕਿ ਕੋਈ ਗੱਲ ਨਹੀਂ ਪੁੱਤਰ ਮੈਂ ਆਪਣੀ ਸਾਰੀ ਸੇਵਿੰਗਸ ਲਾ ਦੂੰਗਾ ਪਰ ਤੂੰ ਜਿੰਨਾ ਜ਼ਿਆਦਾ ਪੜ੍ਹੇਂਗੀ ਜਿੰਨਾ ਜ਼ਿਆਦਾ এডਿਕੇਸ਼ਨ ਲੇਂਗੀ ਹਾਇਰ এডਿਕੇਸ਼ਨ ਟਾਪ 20 ਸਕੂਲ ਤੋਂ ਲੇਂਗੀ ਉਨਾਂ ਤੋਂ ਕੱਲ ਨੂੰ ਤੇ ਤਿਰੋ ਤੈਨੂੰ ਪੜਾਈ ਕੰਮ ਆਉਗੀ ਤੇ ਅੱਜ ਉਹੀ ਹੁੰਦਾ ਹੈ ਮੈਨੂੰ ਕੋਈ ਵੀ ਛੋਟਾ ਜਾ ਵੀ ਸਕਸੈਸ ਮਿਲਦਾ ਹੈ ਮੈਂ ਕੋਈ ਕੰਟੈਸਟ ਜਿੱਤਦੀ ਹਾਂ ਮੇਰੀ ਪ੍ਰੋਮੋਸ਼ਨ ਹੁੰਦੀ ਹੈ ਤੇ ਮੈਂ ਹਰ ਵੇਲੇ ਆਪਣੇ ਪਿਤਾ ਜੀ ਨੂੰ ਹੀ ਚੇਤੇ ਕਰਦੀ ਹਾਂ ਕਿ ਹਾਂਜੀ ਉਹਨਾਂ ਨੇ ਆ ਮੈਨੂੰ ਕਰਾਇਆ ਉਸ ਕਰਕੇ ਅੱਜ ਮੈਂ ਜਿੱਥੇ ਹਾਂ ਉੱਥੇ ਹਾਂ ਉਸ ਤੋਂ ਇਲਾਵਾ ਮੇਰੇ ਪਿਤਾ ਜੀ ਨੇ ਹਮੇਸ਼ਾ ਇਸ ਚੀਜ਼ ਨੂੰ ਬਹੁਤ ਇੰਪੋਰਟੈਂਸ ਦਿੱਤੀ ਕਿ ਚਾਹੇ ਤੁਸੀਂ ਮੁੰਡਾ ਹੋ ਚਾਹੇ ਤੁਸੀਂ ਕੁੜੀ ਹੋ ਤੁਹਾਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਜ਼ਰੂਰ ਹੋਣਾ ਚਾਹੀਦਾ ਤੇ ਅੱਜ ਉਸੇ ਕਰਕੇ ਤੁਹਾਡੀ ਕੋਪੀਨੀਅਨ ਹੁੰਦੀ ਹੈ ਤੁਹਾਡੀ ਇੱਕ ਵੌਇ ਉਸ ਤੋਂ ਇਲਾਵਾ ਮੈਂ ਵੀ ਕਹਿਣਾ ਚਾਹੂੰਗੀ ਕਿ ਪਿਤਾ ਜੀ ਵਰਗਾ ਹੋਰ ਕੋਈ ਇਨਸਾਨ ਨਹੀਂ ਹੈ ਇਸ ਲਈ ਨਹੀਂ ਕਿਉਂਕਿ ਉਹ ਮੇਰੇ ਪਿਤਾ ਜੀ ਨੇ ਬਟ ਜਿੰਨੇ ਵੀ ਮੈਂ ਹੋਰ ਲੋਕਾਂ ਨਾਲ ਵਰਤਿਆ ਹੈ ਦੇਖਿਆ ਹੈ ਕੋਈ ਇੱਕ ਪਾਣਾ ਆਣ ਨਾਲ ਵੀ ਬੰਦਾ ਟੁੱਟ ਜਾਂਦਾ ਹੈ ਪਰ ਪਿਤਾ ਜੀ ਇੰਨੇ ਸਾਰੇ ਪਾਣੇ ਮੰਨ ਕੇ ਵੀ ਅਗੋ ਚੜਦੀ ਕਲਾ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ ਇਹਨਾਂ ਤੋਂ ਹੀ ਮੈਨੂੰ ਵੀ ਸਾਰੀ ਸ਼ਕਤੀ ਮਿਲ ਰਹੀ ਹੈ ਚੜਦੀ ਕਲਾ ਚ ਆਪਣਾ ਜੀਵਨ ਬਤੀਤ ਕਰਨ ਦੀ ਡਾਕਟਰ ਹਰੀਸ਼ ਸਿੰਘ ਜਾਂਚੀ ਜੀ ਦੀ ਵੱਡੀ ਭੈਣ ਹਾਂ ਆਪ ਜੀ ਨਾਲ ਤਾਂ ਕੇਸਾਂ ਦੀ ਮਾਨਤਾ ਕਵਤਾ ਵਿੱਚੋਂ ਦੋ ਬੰਦ ਕਹਿਣ ਜਾ ਰਹੀਆਂ ਸਿੱਖ ਜਦੋਂ ਵੀ ਕਿਤੇ ਅਰਦਾਸ ਕਰਦਾ ਹੈ ਸਿੱਖ ਜਦੋਂ ਵੀ ਕਿਤੇ ਅਰਦਾਸ ਕਰਦਾ ਹੈ ਆਪਣੇ ਮੁਖ ਤੋਂ ਸਿੱਖੀ ਦਾ ਧਨ ਮੰਗਦਾ ਹੈ ਸਮੇ ਸਮੇ ਉਤੇ ਔਖੀ ਘੜੀ ਅੰਦਰ ਚੜਦੀ ਕਲਾ ਤੇ ਸਿੱਖੀ ਦੀ ਸ਼ਾਨ ਮੰਗਦਾ ਹੈ ਆਏ ਆਜਨਾ ਸਿੱਖੀ ਸਰੂਪ ਉਤੇ ਸਿੱਖ ਸਦਾ ਇਮਤਿਹਾਨ ਦੌਰਾਨ ਮੰਗਦਾ ਹੈ ਸਿੱਖੀ ਕਿਸਾਂ ਸਵਾਸਾਂ ਦੇ ਨਾਲ ਨਿਭਦਾ ਹੈ ਜਾਚਕ ਗੁਰੂ ਤੋਂ ਇਹ ਵਰਦਾਨ ਮੰਗਦਾ ਹੈ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਏ ਜਾਚਕ ਗੁਰੂ ਤੋਂ ਇਹ ਵਰਦਾਨ ਮੰਗਦਾ ਹੈ ਜਾਚਕ ਗੁਰੂ ਤੋਂ ਇਹ ਵਰਦਾਨ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਡਾਕਟਰ ਹਰੀ ਸਿੰਘ ਜਾਚਕ ਗੁਰਗੋਬਿੰਦ ਸਿੰਘ ਸਟਡੀ ਸਰਕਲ ਦੇ ਲਗਭਗ 45 ਸਾਲ ਤੋਂ ਉੱਪਰ ਦੇ ਸਾਡੇ ਮੈਂਬਰ ਤੇ ਸਾਡੇ ਆਫਸਰ ਹੈਗੇ ਔਰ ਗੁਰਗੋਵਨ ਸਿੰਘ ਸਟਡੀ ਸਰਕਲ ਦਾ 50 ਸਾਲ ਦਾ ਇਤਿਹਾਸ ਹੈ ਇਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਰਾਟਖਾਰੀ ਸਿੰਘ ਜੀਾਂ ਚ ਦੀ ਜਿਹੜੀ ਕੰਟਰੀਬਿਊਸ਼ਨ ਹੈ ਬਹੁਤ ਰਿਮਾਰਕੇਬਲ ਹੈ ਉਹ ਕਮੈਂਡੇਬਲ ਹੈ ਖਾਸ ਕਰਕੇ ਮੈਨੂੰ ਯਾਦ ਆ ਜਦੋਂ 1972 ਚ ਗੁਰਗੋਵਨ ਸਿੰਘ ਸਟਡੀ ਸਰਕਲ ਬਣਿਆ ਗਵਰਨਮੈਂਟ ਕਾ ਲੁਧਿਆਣਾ ਦੇ ਵਿੱਚ ਉਸ ਤੋਂ ਬਾਅਦ ਅਸੀਂ ਜਿਹੜੇ ਮੈਂ ਤਾਂ ਕਿਉਂਕਿ ਫਾਊਂਡਰ ਪ੍ਰੈਜ਼ੀਡੈਂਟ ਆ ਨਾਲ ਸਾਡੇ ਚਾਰ ਹੋਰ ਮੈਂਬਰ ਸੀਗੇ ਜਦੋਂ ਅਸੀਂ ਇੱਥੇ ਲੁਧਿਆਣਾ ਸ਼ਹਿਰ ਤੇ ਯੂਨਿਟ ਬਣਾਉਣ ਤੋਂ ਬਾਅਦ ਜਦੋਂ ਅਸੀਂ ਪੰਜਾਬ ਦੇ ਹੋਰ ਕਾਲਜਾਂ ਵਿੱਚ ਗਏ ਤੇ ਮੈਨੂੰ ਇਹ ਦੱਸਣ ਬੜੀ ਖੁਸ਼ੀ ਹੋ ਰਹੀ ਹੈ ਕਿ ਆਰਐਸਡੀ ਕਾਲਜ ਅਸੀਂ ਜੋ ਫਿਰੋਜ਼ਪੁਰ ਗਏ ਤੇ ਉੱਥੋਂ ਸਾਨੂੰ ਸਾਹ ਹਰੀ ਸਿੰਘ ਜੀ ਜਾਚਕ ਇਹਨਾਂ ਨਾਲ ਟੱਕਰਾ ਹੋਇਆ ਪੜਦੇ ਸੀਗੇ ਸਾਨੂੰ ਇਹਨਾਂ ਨੂੰ ਮਿਲ ਕੇ ਬਹੁਤ ਲੱਗਿਆ ਕਿ ਇਸ ਮੁੰਡੇ 'ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਔਰ ਉਸ ਵੇਲੇ ਤੋਂ ਹੀ ਇਹ ਇਹਨਾਂ ਦੀ ਜਿਹੜੀ ਐਕਸਪੋਜ਼ਰ ਸੀ ਮੈਂ ਤਾਂ ਕਹਾਂਗਾ ਬਾਈ ਬਰਥ ਸੀ ਇਹਨਾਂ ਦਾ ਗੱਲਬਾਤ ਕਰਨ ਦਾ ਸਟਾਈਲ ਗੱਲ ਨੂੰ ਸਮਝਣ ਦਾ ਸਟਾਈਲ ਗੱਲ ਨੂੰ ਐਕਸਪਲੇਨ ਕਰਨ ਦਾ ਸਟਾਈਲ ਸਾਨੂੰ ਬੜਾ ਪਾਇਆ ਔਰ ਉਸ ਵੇਲੇ ਤੋਂ ਲੈ ਕੇ ਤਿੰਨ ਡਾਕਟਰ ਹਰੀ ਸਿੰਘ ਜਾਚੇ ਗੁਰਗੋਬਨ ਸਿੰਘ ਸਟਡੀ ਸਰਕਲ ਦੀਆਂ ਡਿਫਰੈਂਟ ਕਪੈਸਿਟੀ ਦੇ ਵਿੱਚ ਸੇਵਾ ਹੁਣ ਤੱਕ ਕਰਦੇ ਰਹੇ ਖਾਸ ਕਰਕੇ ਇਹਨਾਂ ਨੇ ਪਹਿਲੇ ਸਾਡੇ ਜ਼ੋਨ ਦੇ ਵਿੱਚ ਤਾਂ ਕੰਮ ਕੀਤਾ ਹੀ ਕੀਤਾ ਸਟੇਟ 'ਚ ਕੰਮ ਕੀਤਾ ਉਸ ਤੋਂ ਬਾਅਦ ਸਾਡੀਆਂ ਪਛਾਵਾ ਸਹਿਤ ਤੇ ਸਦਰ ਚ ਆ ਇੱਕ ਸਾਡਾ ਇੱਕ ਵਿੰਗ ਹੈ ਗੁਰਗੋਬਨ ਸਿੰਘ ਸਟਡੀ ਸਰਕਲ ਕਿਉਂਕਿ ਸਾਡੇ ਮੋਰ ਥਨ 40 ਵਿੰਗ ਹੈਗੇ ਉਹਨਾਂ 'ਚ ਇੱਕ ਵਿੰਗ ਇਹ ਬੜਾ ਇੰਪੋਰਟੈਂਟ ਹੈ ਇਹਦੇ ਵਿੱਚ ਪੰਜਾਬੀ ਭਾਸ਼ਾ ਦਾ ਪਿਆਰ ਸਤਿਕਾਰ ਬਾਰੇ ਅਸੀਂ ਕੰਮ ਕਰਦੇ ਹਾਂ ਤਿੰਨ ਅਸੀਂ ਬਹੁਤ ਵੱਡੀਆਂ ਪੰਜਾਬੀ ਕਾਨਫਰੰਸਾਂ ਕੀਤੀਆਂ ਤੇ ਉਹਨਾਂ ਕਾਨਫਰੰਸ ਦੇ ਵਿੱਚ ਮੇਨ ਜਿਹੜਾ ਰੋਲ ਸੀ ਉਹ ਡਾਕਟਰ ਹਰੀ ਸਿੰਘ ਚਾਚੇ ਦਾ ਸੀ ਹੋਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਇਕਲ ਭੁੱਲ ਨਹੀਂ ਸਕਦਾ ਇਹਨਾਂ ਨੇ ਜਿੱਥੇ ਸਟੇਜੀ ਸੇਵਾ ਕੀਤੀ ਜਿੱਥੇ ਕਲਮ ਨਾਲ ਸੇਵਾ ਕੀਤੀ ਉਹਦੇ ਨਾਲ ਨਾਲ ਇਹਨਾਂ ਨੇ ਇਹਨਾਂ ਕਾਨਫਰੰਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਲਿਆ ਬਹੁਤ ਖੂਬਸੂਰਤ ਸ਼ਬਦਾਂ ਦੇ ਨਾਲ ਜ਼ਿੰਦਗੀ ਨੂੰ ਜਿਉਣ ਦਾ ਅਸਲੀ ਟੰਗ ਦੇ ਦਿੱਤਾ ਔਰ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਖੂਬਸੂਰਤੀ ਤਰੀਕੇ ਦੇ ਨਾਲ ਤੁਸੀਂ ਆਪਣੀ ਜੀਵਨ ਗਾਥਾ ਨੂੰ ਦੱਸਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਕਮਲਪ੍ਰੀਤ ਬਹੁਤ 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 ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਇਹ ਯਾਦਾਂ ਬਣ ਕੇ ਰਹਿ ਗਈਆਂ ਕਿ ਹੁਣ 68 ਸਾਲ ਲੱਗਾ ਹੋਇਆ ਹੈ 65 ਸਾਲ ਜ਼ਿੰਦਗੀ ਦੇ ਚਲੇ ਗਏ ਨੇ ਤੁਸੀਂ ਇਹਨਾਂ ਨੂੰ ਆਪਣੇ ਸੰਭਾਲ ਲਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ